मित्र प्यारियों प्रोग्राम दिलजीत ब्राड शो दे विच तुहाडा स्वागत। तुसी देख रहे हो विनीपेग हलचल टीवी चैनल। डायबिटीज़ जाने के शक्कर रोग जिन्हों असी शूगर भी आम भाषा दे विच कह दिंदे आ, इस तरह की भयानक बीमारी है जिहदे बारे सानू जानकारी होनी जरूरी है। खास तौर पर साडा अपना भाईचारा कैनेडा दे विच रह रहे हैं जिहड़े, सानू इस बारे किन्नी क जानकारी है, किन्ने क साडे सवाल ने, किन्नी क जानकारी होनी चाहिए है, किस किस्म के रिस्क ने साडी लाइफ दे विच शक्कर रोग, तो उहदे बारे अज गलबात करांगे इस प्रोग्राम दे विच। साडे मेहमान ने डॉक्टर हरजोत चौहान, वेलकम जी। थैंक यू भाई जी, तुहाडा बहुत बहुत धन्यवाद। मैं इस टीवी चैनल दे माध्यम दे नाल भी ते तुहाडा इस स्टेज दे उत्ते काफ़ी धन्यवाद करना चाहुंदी हां। इस दे नाल असी जिस तरह तुसीं कहा असी अपनी कम्यूनिटी दे नाल जुड़न दी कोशिश कर रहे हां, ते इह जिहड़ी टॉक आ असी कोशिश करदे हां तां कि असी नॉलेज प्रोवाइड कर सकीए सारे साडे जिहड़े व्यूअर्स ने, जिन्नी अपने एरिए जां अपन डिजीज़ कंडीशन दी नॉलेज आ उन्नी ज़्यादा असी प्रिवेंशन कर सकते हैं। ਸ਼ੱਕਰ ਰੋਗ ਅਸਲ ਦੇ ਵਿੱਚ ਹੈ ਕੀ, ਇਹਨੂੰ ਪ੍ਰਭਾਸ਼ਿਤ ਕਿਵੇਂ ਕਰੋਗੇ? ਬਿਲਕੁਲ, ਜਿਹੜਾ ਆਪਾਂ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਡਾਇਬਟੀਜ਼ ਕਹਿੰਦੇ ਹਾਂ ਅਤੇ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਸ਼ੱਕਰ ਰੋਗ ਕਹਿੰਦੇ ਹਾਂ। ਇਹ ਜੇ ਜਿਸ ਤਰ੍ਹਾਂ ਇਹਦਾ ਨਾਮ ਆ ਉਸੇ ਤਰੀਕੇ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਜਿਹੜਾ ਗਲੂਕੋਜ਼ ਆ ਇਹ ਬੋਡੀ ਨੂੰ ਐਨਰਜੀ ਪ੍ਰੋਵਾਈਡ ਕਰਦਾ ਭਾਈ ਜੀ। ਜਿਹੜਾ ਗਲੂਕੋਜ਼ ਆ ਬੋਡੀ ਨੂੰ ਡਿਫਰੈਂਟ, ਆਪਾਂ ਖਾਣਾ ਖਾਂਦੇ ਹਾਂ ਬੋਡੀ ਦੇ ਵਿੱਚ ਐਨਰਜੀ ਪ੍ਰੋਡਿਊਸ ਹੁੰਦੀ ਆ, ਗਲੂਕੋਜ਼ ਸਾਨੂੰ ਖਾਣੇ ਤੋਂ ਆ ਰਿਹਾ, ਸਾਨੂੰ ਡਿਫਰੈਂਟ ਜਿਹਦੇ ਵਿੱਚ ਆਪਣੇ ਦਾਲਾਂ ਹੋ ਗਈਆਂ, ਸਬਜ਼ੀਆਂ ਹੋ ਗਈਆਂ, ਰੋਟੀਆਂ ਹੋ ਗਈਆਂ, ਸਾਰਿਆਂ ਦੇ ਵਿੱਚੋਂ ਗਲੂਕੋਜ਼ ਆਉਂਦਾ। ਜਿਹੜੀ ਇਹ ਸ਼ੂਗਰ ਆ ਇਹਦਾ, ਇਹ ਜਿਹੜੀ ਗਲੂਕੋਜ਼ ਆ ਬੋਡੀ ਦੇ ਵਿੱਚ ਇਹ ਯੂਟੀਲਾਈਜ਼ ਹੁੰਦਾ ਡਿਫਰੈਂਟ ਡਿਫਰੈਂਟ ਤਰੀਕੇ ਦੇ ਵਿੱਚ, ਮਸਲ ਦੇ ਵਿੱਚ ਜਾ ਰਿਹਾ, ਬ੍ਰੇਨ ਦੇ ਫੰਕਸ਼ਨ ਨੂੰ ਹੈਲਪ ਕਰ ਰਿਹਾ, ਆਪਣੀ ਬਾਡੀ ਹਾਰਟ ਦੇ ਫੰਕਸ਼ਨ ਨੂੰ ਹੈਲਪ ਕਰ ਰਿਹਾ, ਐਡੀਪੋਸ ਟਿਸ਼ੂਜ਼ ਦੇ ਵਿੱਚ ਜਾ ਰਿਹਾ, ਅਸੀਂ ਇਸ ਸੈਗਮੈਂਟ ਦੇ ਅੱਗੇ ਜਾ ਕੇ ਡਿਸਕਸ ਕਰਾਂਗੇ। ਪਰ ਕਿਸੇ ਵੀ ਰੀਜ਼ਨ ਕਰਕੇ ਇਹ ਗਲੂਕੋਜ਼ ਦੀ ਜਿਹੜੀ ਯੂਟੀਲਾਈਜੇਸ਼ਨ ਹੈ ਬੋਡੀ ਦੇ ਵਿੱਚ ਇਹ ਘੱਟ ਜਾਵੇ, ਹੁਣ ਕੀ ਹੋਣਾ ਕਿ ਗਲੂਕੋਜ਼ ਨੇ ਬਲੱਡ ਦੇ ਵਿੱਚ ਵੱਧ ਜਾਣਾ, ਗਲੂਕੋਜ਼ ਯੂਰਨ ਦੇ ਵਿੱਚ ਆਉਣ ਲੱਗ ਪੈਣਾ। ਉਸ ਹਾਲਤ ਦੇ ਵਿੱਚ ਜਦੋਂ ਆਪਾਂ ਕਹੀਏ ਕਿ ਸ਼ੂਗਰ ਬੋਡੀ ਦੇ ਮਕਦਾਰ ਦੇ ਵਿੱਚ ਬਹੁਤ ਹੱਦ ਤੱਕ ਇਨਕਰੀਜ਼ ਹੋ ਗਈ, ਉਹ ਸ਼ੱਕਰ ਰੋਗ ਬਣ। ਸੋ ਗੱਲ ਇਹ ਹੈ ਕਿ ਸ਼ੂਗਰ, ਸ਼ੱਕਰ ਰੋਗ, ਸ਼ੱਕਰ ਜਿਹਨੂੰ ਅਸੀਂ ਕਹਿੰਦੇ ਨੇ ਸ਼ੂਗਰ ਜਾਂ ਗਲੂਕੋਜ਼, ਉਹ ਸਾਡੀ ਬਾਡੀ ਦੇ ਵਿੱਚ ਤਾਂ ਹੈਗਾ ਪਹਿਲਾਂ ਹੀ, ਪਰ ਉਹਦੀ ਲੋੜ ਵੀ ਹੈ, ਉਹ ਵਰਤਿਆ ਵੀ ਜਾ ਰਿਹਾ, ਮਸਲਸ ਦੇ ਵਿੱਚ ਵੀ ਜਾ ਰਿਹਾ, ਬਲੱਡ ਦੇ ਵਿੱਚ ਜਾ ਰਿਹਾ, ਪਰ ਜਦੋਂ ਉਹਦੀ ਮਾਤਰਾ ਸਾਡੀ ਲੋੜ ਨਾਲੋਂ ਵੱਧ ਜਾਂਦੀ ਹੈ ਉਹਨੂੰ ਅਸੀਂ ਸ਼ੱਕਰ ਰੋਗ। ਹਾਂ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਬਿਕੋਜ਼ ਇਹ ਜਿਸ ਤਰ੍ਹਾਂ ਆਪਾਂ ਇੱਦਾਂ ਕਹਿੰਦੇ ਹਾਂ ਕਿ ਕਈ ਵਾਰੀ ਆਪਾਂ ਪੇਸ਼ੈਂਟ ਆਪਣੇ ਕੋਲ ਆਉਂਦੇ ਨੇ ਆਪਣੇ ਬਾਈ ਜੀ, ਕਿ ਉਹ ਕਹਿੰਦੇ ਨੇ ਕਿ ਅਸੀਂ ਤਾਂ ਸਾਡੀ ਬੋਡੀ ਸਾਡੇ ਸਾਡਾ ਤਾਂ ਜੀ ਕੁਛ ਵੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਬੋਡੀ ਦੇ ਵਿੱਚ ਸ਼ੂਗਰ ਹੈਗੀ ਆ। ਪਰ ਇਹ ਜਿਹੜੀ ਡਿਜ਼ੀਜ਼ ਆ, ਇੱਕ ਗੱਲ ਮੈਂ ਇੱਥੇ ਐਮਫੇਸਿਸ ਕਰਨਾ ਚਾਹੁੰਦੀ ਹਾਂ, ਇੱਕਦਮ ਵਧਿਆ ਹੋਇਆ ਗਲੂਕੋਜ਼ ਬੰਦੇ ਨੂੰ ਡੈਮੇਜ ਨਹੀਂ ਕਰਦਾ, ਸਾਲਾਂ ਦੇ ਸਾਲ ਮਹੀਨਿਆਂ ਦੇ ਮਹੀਨੇ ਲੱਗ ਜਾਂਦੇ ਨੇ, ਇਟਸ ਅ ਡਿਜ਼ੀਜ਼ ਵਿੱਚ ਪ੍ਰੋਗਰੈਸਿਸ ਇਨ ਟੂ ਦੀ ਕੰਡੀਸ਼ਨ। ਸੋ ਅਸੀਂ ਇਸ ਗੱਲ ਦੇ ਵਿੱਚ ਜ਼ਰੂਰ ਕਹਿੰਦੇ ਹਾਂ, ਤਾਂਹੀਓ ਅਸੀਂ ਅੱਜ ਇਹ ਸੈਗਮੈਂਟ ਕਰਨ ਲੱਗੇ ਹਾਂ ਤਾਂ ਕਿ ਅਸੀਂ ਇਸ ਚੀਜ਼ ਨੂੰ ਜੜ ਤੋਂ ਕੱਢਿਆ ਜਾਵੇ, ਸ਼ੁਰੂ ਤੋਂ ਸਾਨੂੰ ਪਤਾ ਹੋਵੇ ਕਿ ਮੇਰੇ ਬੋਡੀ ਦੇ ਵਿੱਚ ਜੇ ਇਹ ਕੀ ਹੋ ਸਕਦਾ ਅਤੇ ਮੈਂ ਕਿਸ ਤਰੀਕੇ ਦੇ ਨਾਲ ਇਸ ਸ਼ੂਗਰ ਦੀ, ਜਿਹਨੂੰ ਆਪਾਂ ਸ਼ੱਕਰ ਰੋਗ ਕਹਿੰਦੇ ਹਾਂ, ਇਹਦੇ ਵਿੱਚ ਜਾਂ ਸ਼ੂਗਰ ਦੀ ਜਿਹੜੀ ਮਕਦਾਰ ਆਪਾਂ ਰੋਟੀ ਦੇ ਵਿੱਚ ਖਾਂਦੇ ਹਾਂ ਜਾਂ ਖਾਣੇ ਦੇ ਵਿੱਚ, ਨੋਟ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੇ ਸੋਰਸਿਸ ਤੋਂ ਆ ਰਹੀ ਹੈ, ਕਿਸ ਤਰੀਕੇ ਦੇ ਨਾਲ ਅਸੀਂ ਉਹਨੂੰ ਕੰਟਰੋਲ ਦੇ ਵਿੱਚ ਰੱਖੀਏ ਤਾਂ ਕਿ ਇਹ ਡਿਜ਼ੀਜ਼ ਸਾਨੂੰ ਹੋਵੇ ਹੀ ਨਾ। ਦੇਖੋ, ਹਰ ਚੀਜ਼ ਦੇ ਵਿੱਚ ਸ਼ੂਗਰ ਹੈ ਨਾ, ਅਸੀਂ ਜਿਹੜਾ ਵੀ ਫੂਡ ਲੈਂਦੇ ਹਾਂ, ਅਸੀਂ ਚਾਹ ਪੀਂਦੇ ਹਾਂ ਉਹਦੇ 'ਚ ਖੰਡ ਹੈ, ਅਸੀਂ ਜਿਹੜਾ ਕਣਕ ਖਾਂਦੇ ਹਾਂ ਉਹਦੇ 'ਚ ਖੰਡ ਹੈ, ਫਰੂਟਸ ਦੇ ਵਿੱਚ ਖੰਡ ਹੈ ਨਾ, ਬਿਲਕੁਲ, ਕਿਉਂ ਹੋ ਜਾਂਦੀ ਹੈ ਇਹ? ਹੁਣ ਦੇਖੋ ਤੁਸੀਂ, ਦੇਖੋ ਬੋਡੀ ਅਸੀਂ ਜਿਹੜੇ ਸਾਡੇ ਕਮਿਊਨਿਟੀ ਦੀ ਗੱਲ ਆਉਂਦੀ ਹੈ ਜਾਂ ਜਿਹੜੀ ਕੈਨੇਡੀਅਨ ਆਪਾਂ ਜਦੋਂ ਡਾਇਬੈਟਿਕ ਐਸੋਸੀਏਸ਼ਨ ਦੇ ਬਾਰੇ ਵਿੱਚ ਉਹਨਾਂ ਦੇ ਜਿਹੜੇ ਟੋਟਲ ਉਹਨਾਂ ਦੇ ਅੰਕੜਿਆਂ ਦੇ ਬਾਰੇ ਗੱਲ ਕਰੀਏ ਤਾਂ ਬਾਈ ਜੀ, ਅੱਜ ਤੱਕ ਜੇ ਤੁਸੀਂ ਕਹੋ ਕਿ ਐਵਰੀ ਥਰਡ ਪਰਸਨ ਨੂੰ ਡਾਇਬਟੀਜ਼ ਆ, ਜੇ 10 ਜਣੇ ਬੈਠੇ ਨੇ, ਹਾਂ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ, ਹਰ ਤੀਜੇ ਬੰਦੇ ਨੂੰ ਡਾਇਬਟੀਜ਼ ਆ, 10ਾਂ ਚੋਂ 3.5 ਬੰਦੇ ਨੂੰ ਡਾਇਬਟੀਜ਼ ਆ, ਤੇ ਹਰ 3 ਮਿੰਟ ਤੋਂ ਬਾਅਦ ਇੱਕ ਨਵਾਂ ਪੇਸ਼ੈਂਟ ਡਾਇਗਨੋਸ ਕਰ ਰਹੇ ਨੇ ਡਾਕਟਰ ਜਿਹਨੂੰ ਡਾਇਬਟੀਜ਼ ਆ। ਹੁਣ ਤੁਸੀਂ ਦੇਖੋ ਜਿਹੜੀ ਇਹ ਕੰਡੀਸ਼ਨ ਹੈ, ਆਲਮੋਸਟ 3.5 million ਜਿਹੜੇ ਆਪਣੇ ਕੋਲ ਕੈਨੇਡੀਅਨਸ ਨੇ। ਮੈਂ ਤੁਹਾਨੂੰ ਇੱਥੇ ਰੋਕਣਾ ਚਾਹੁੰਦਾ, ਜਿਹੜਾ ਤੁਸੀਂ ਇਹ ਡੇਟਾ ਦਿੱਤਾ ਹੈ ਇਹ ਦੁਨੀਆ ਦਾ ਡੇਟਾ ਹੈ ਇਹ ਅੰਕੜੇ ਜਾਂ ਕੈਨੇਡਾ ਦੇ ਡੇਟਾ? ਕੈਨੇਡਾ ਦੇ ਅੰਕੜੇ ਨੇ, ਕੈਨੇਡਾ ਦੇ। ਬਹੁਤ ਹੈਲਥ, ਜੇ ਆਪਾਂ ਹੈਲਥ ਕੇਅਰ ਦੇ ਉੱਤੇ ਦੇਖੀਏ ਤਾਂ ਇਹਦਾ ਬਰਡਨ ਕਾਫੀ ਹੱਦ ਤੱਕ ਇਸ ਟਾਈਮ ਤੇ ਆਪਣੀ ਮੈਨੀਟੋਬਾ ਹੈਲਥ ਇਨਕਲੂਡਿੰਗ ਜਿਹੜੀ ਕੈਨੇਡੀਅਨ ਫੈਡਰਲ ਹੈਲਥ ਤੇ ਬਹੁਤ ਖਰਚਾ ਹੋ ਰਿਹਾ, ਕਿਉਂਕਿ ਅਸੀਂ ਜਿਸ ਤਰ੍ਹਾਂ ਕਹਿੰਦੇ ਹਾਂ ਨਾ ਕਿ ਇਹ ਡਿਜ਼ੀਜ਼ ਸਿਰਫ ਇੱਕ ਡਾਇਬਟੀਜ਼ ਇਟਸੈਲਫ ਨਹੀਂ ਹੈਗੀ,
ਇਹਦੇ ਨਾਲ ਇੰਟਰੀਕੇਟਡ ਆਪਣੇ ਕੋਲ ਇਹ ਹਾਰਟ ਅਟੈਕ ਕਰ ਸਕਦੀ, ਸਟਰੋਕ ਕਰ ਸਕਦੀ, ਕਾਰਡੀਓਵੈਸਕੁਲਰ ਕੰਪਲੀਕੇਸ਼ਨਸ ਹੋ ਸਕਦੀਆਂ ਪੇਸ਼ੈਂਟਸ ਨੂੰ, ਅੱਗੇ ਜਾ ਕੇ ਕਿਡਨੀਜ਼ ਦੇ ਉੱਤੇ ਇਫੈਕਟ ਕਰ ਸਕਦੀ, ਆਈਜ਼ 'ਤੇ ਇਫੈਕਟ ਕਰਦੀ. ਸੋ ਨੋਟ ਓਨਲੀ ਇੱਕ ਡਿਜ਼ੀਜ਼ ਦੇ ਉੱਤੇ ਖਰਚਾ ਹੋ ਰਿਹਾ, ਜਿਹੜੀਆਂ ਇਹਦੇ ਨਾਲ ਐਸੋਸੀਏਟਡ ਕੰਡੀਸ਼ਨਸ ਆ ਉਹਨਾਂ ਦੇ ਉੱਤੇ ਵੀ ਕੈਨੇਡੀਅਨ ਹੈਲਥ ਦਾ ਕਾਫੀ ਖਰਚਾ ਹੋ. ਸੋ ਸ਼ੂਗਰ ਦਾ ਵਧਣਾ ਹੋਰ ਬਿਮਾਰੀ ਨੂੰ ਸੱਦਾ ਦਿੰਦਾ ਨਾ, ਪੰਜਾਬੀ ਸ਼ਬਦਾਂ ਦੇ ਵਿੱਚ ਜਾਂ ਸਿੰਪਲ ਸ਼ਬਦਾਂ ਦੇ ਵਿੱਚ ਤੁਹਾਡੀ ਗੱਲ ਦਾ ਇਹ ਮਤਲਬ ਹੈ. ਹਾਂਜੀ ਬਿਲਕੁਲ. ਹੁਣ ਜਿਹੜੀ ਸਾਡੀ ਕਮਿਊਨਿਟੀ ਹੈ, ਜਿਹੜੇ ਇਸ ਵੇਲੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਜਿਹਨੂੰ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਕਹਿ ਦਿੰਦੇ ਹਾਂ ਜਾਂ ਪੰਜਾਬੀ ਕਹਿ ਦਿੰਦੇ ਹਾਂ ਜਾਂ ਭਾਰਤੀ ਲੋਕ ਨੇ, ਉਹਨਾਂ ਲੋਕਾਂ ਦੇ ਵਿੱਚ ਆਮ ਮੇਨ ਸਟ੍ਰੀਮ ਦੇ ਮੁਕਾਬਲੇ ਅੰਕੜੇ ਕੀ ਕਹਿੰਦੇ ਆ, ਕੀ ਸਾਡੇ ਲੋਕਾਂ ਨੂੰ ਇਹ ਘੱਟ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਉਹ ਸਾਨੂੰ ਥੋੜ੍ਹਾ ਜਿਹਾ ਸੀਨ ਸਮਝਾਇਓ. ਤੁਹਾਡੀ ਇਸ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ, ਕਿਉਂਕਿ ਜਦੋਂ ਅਸੀਂ ਅੰਕੜਿਆਂ ਦੀ ਗੱਲ ਕਰਦੇ ਹਾਂ ਕੈਨੇਡੀਅਨ ਡਾਇਬੈਟਿਕ ਐਸੋਸੀਏਸ਼ਨ, ਮੈਂ ਬੜੀ ਇੰਟਰਸਟਿੰਗ ਗੱਲ ਆ ਬਾਈ ਜੀ, ਜੇ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾਓ ਨਾ ਤਾਂ ਉਹਨਾਂ ਦੀ ਇਨਫੋਰਮੇਸ਼ਨ ਪੰਜਾਬੀ, ਹਿੰਦੀ, ਗੁਜਰਾਤੀ, ਈਵਨ ਉਹਨਾਂ ਨੇ ਫਰੈਂਚ ਤਾਂ ਚਲੋ ਉਹਨਾਂ ਨੇ ਦੇਣੀ ਹੈ ਕਿਉਂਕਿ ਉਹਨਾਂ ਦੀ ਨੈਸ਼ਨਲ ਲੈਂਗੁਏਜ ਹੈ. ਸੋ ਉਹਦੇ ਵਿੱਚ ਵੀ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੋਈ ਹੈ. ਹੁਣ ਦੇਖੋ ਸਾਊਥ ਏਸ਼ੀਅਨ ਦੇ, ਇਸ ਤਰ੍ਹਾਂ ਤੁਸੀਂ ਕਿਹਾ ਸਾਊਥ ਏਸ਼ੀਅਨ ਕਹਿ ਲਓ ਕਮਿਊਨਿਟੀ, ਉਹਦੇ ਵਿੱਚ ਸਾਡੇ ਕੋਲ ਪਾਕਿਸਤਾਨ ਆ, ਇੰਡੀਆ ਆ, ਬੰਗਲਾਦੇਸ਼ ਆ, ਸ਼੍ਰੀਲੰਕਾ ਆ, ਅਸੀਂ ਸਾਰੇ ਜਿਹੜੇ ਸਾਡਾ ਰਿਸਕ ਫੈਕਟਰ ਜਿਹਨੂੰ ਆਪਾਂ ਕਵਾਂਗੇ ਪੰਜਾਬੀ 'ਚ, ਇਸ ਤਰ੍ਹਾਂ ਕਹਿ ਲਓ ਕਿ ਸਾਨੂੰ ਡਿਜ਼ੀਜ਼ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ, ਉਹ ਸਾਡਾ ਰਿਸਕ ਫੈਕਟਰ. ਜੇ ਇੱਕ ਕੋਕੇਸ਼ੀਅਨ ਜਾਂ ਵਾਈਟ ਬੰਦੇ ਦੇ ਵਿੱਚ ਤੁਸੀਂ ਦੇਖੋ 2-3% ਆ, ਤਾਂ ਉਹੀ ਗੱਲ ਇੱਕ ਪੰਜਾਬੀ ਜਾਂ ਸਾਊਥ ਏਸ਼ੀਅਨ ਦੇ ਵਿੱਚ ਉਹ 15-20% ਰਿਸਕ ਆ. ਅੱਛਾ, ਇਹ ਕਿਉਂ? ਕਿਉਂਕਿ ਕੀ ਸਾਡੇ ਈਟਿੰਗ ਹੈਬਿਟਸ, ਸਾਡਾ ਫੂਡ ਹੋ ਰਿਹਾ ਜਾਂ ਸਾਡੇ ਜੈਨੇਟਿਕਸ ਹੋ ਰਿਹਾ, ਕਾਰਨ ਕੀ ਹੋ ਸਕਦਾ? ਬਿਲਕੁਲ ਤੁਹਾਡੀ ਗੱਲ. ਜਿਸ ਤਰ੍ਹਾਂ ਅਸੀਂ ਜਿਹੜੇ ਸਾਡੇ ਜੈਨੇਟਿਕ ਜਿਹੜੀਆਂ ਸਟੱਡੀਜ਼ ਹੁੰਦੀਆਂ ਨੇ ਨਾ ਆਪਣੀਆਂ ਬਾਈ ਜੀ, ਉਹ ਸਟੱਡੀਜ਼ ਕੈਨੇਡੀਅਨ ਡੇਟਾ ਦੇ ਹਿਸਾਬ ਦੇ ਨਾਲ ਹੁੰਦੀਆਂ ਨੇ, ਪਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕਿਉਂਕਿ ਆਈ ਥਿੰਕ ਸਰੀ ਦੇ ਵਿੱਚ ਜਾਂ ਬ੍ਰਿਟਿਸ਼ ਕੋਲੰਬੀਆ 'ਚ ਆਪਣੀ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਜਿੰਨੀਆਂ ਸਟੱਡੀਜ਼ ਇਹਨਾਂ ਨੇ ਸਾਊਥ ਏਸ਼ੀਅਨ ਕਮਿਊਨਿਟੀ 'ਤੇ ਕੀਤੀਆਂ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਫੈਕਲਟੀ ਆਫ ਮੈਡੀਸਨ ਨੇ ਕਾਫੀ ਸਟੱਡੀਜ਼ ਪਬਲਿਸ਼ ਕੀਤੀਆਂ ਇਸ ਡੇਟੇ ਦੇ ਉੱਤੇ, ਜਿੱਥੇ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਡੀਲ ਕਰ ਰਹੇ ਹਾਂ ਸਪੈਸੀਫਿਕਲੀ, ਨਾਟ ਕੋਕੇਸ਼ੀਅਨ ਪਾਪੂਲੇਸ਼ਨ ਦੇ ਨਾਲ. ਉਹਨਾਂ ਨੇ ਇਹ ਗੱਲ ਨੋਟ ਕੀਤੀ ਕਿ ਸਾਡਾ ਪਹਿਲਾ ਜਿਹੜਾ ਰੀਜ਼ਨ ਹੈ ਉਹ ਸਾਡੀ ਜੈਨੇਟਿਕ ਮੇਕਅਪ ਆ. ਓਕੇ ਓਕੇ, ਪਿਤਾ ਪੁਰਖੀ ਜਿਹਦੇ 'ਚ ਹੈਗੀ ਸ਼ੂਗਰ ਦੀ ਬਿਮਾਰੀ, ਉਹਦੇ ਆਉਣ ਦੇ ਚਾਂਸ ਬਹੁਤ ਜ਼ਿਆਦਾ. ਬਿਕਾਜ਼ ਇੱਕ ਉਹਨਾਂ ਨੇ ਰੀਜ਼ਨ ਬੜਾ ਇੰਟਰਸਟਿੰਗ ਫੈਕਟ ਉਹਨਾਂ ਨੂੰ ਜਿਹੜਾ ਮੈਂ ਆਪਣੀ ਆਡੀਅੰਸ ਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮਾਵਾਂ ਨੇ ਜਦੋਂ ਬੱਚੇ ਹੁੰਦੇ ਨੇ ਤਾਂ ਲੋ ਬਰਥ ਰੇਟ ਆ ਸਾਡੇ ਬੱਚਿਆਂ ਦਾ ਕੋਕੇਸ਼ੀਅਨ ਬੰਦਿਆਂ ਦੇ ਜਾਂ ਵਾਈਟ ਲੋਕਾਂ ਦੇ ਕੰਪੈਰੀਜ਼ਨ ਦੇ ਵਿੱਚ. ਅਤੇ ਜਿਹੜੇ ਸੈਲਸ, ਜਿਸ ਤਰ੍ਹਾਂ ਅਸੀਂ ਸੈਗਮੈਂਟ 'ਤੇ ਅੱਗੇ ਜਾ ਕੇ ਗੱਲ ਕਰਾਂਗੇ ਕਿ ਕੀ ਕਿੱਦਾਂ ਗਲੂਕੋਜ਼ ਕੰਟਰੋਲ ਕਰ ਰਿਹਾ, ਇੱਕ ਬਾਡੀ ਦੇ ਵਿੱਚ ਔਰਗਨ ਆ ਪੈਨਕ੍ਰੀਆਜ਼ ਜੀ, ਪੈਨਕ੍ਰੀਆਜ਼ ਇੱਕ ਗਲੈਂਡ ਹੈ ਜਿਹੜੀ ਬਿਲਕੁਲ ਲਿਵਰ ਅਤੇ ਸਟਮਕ ਦੇ ਪਿਛਲੇ ਪਾਸੇ ਜਾ ਕੇ ਆ ਬਾਈ ਜੀ. ਉਹ ਗਲੈਂਡ ਇੱਕ ਹਾਰਮੋਨ ਰਿਲੀਜ਼ ਕਰਦੀ ਹੈ ਜਿਹਨੂੰ ਅਸੀਂ ਇੰਸੂਲਿਨ ਕਹਿੰਦੇ ਹਾਂ. ਇੰਸੂਲਿਨ ਇੱਕ ਤਰ੍ਹਾਂ ਦੀ ਚਾਬੀ ਆ, ਜੇ ਉਹ ਚਾਬੀ ਹੈਗੀ ਆ ਤਾਂ ਗਲੂਕੋਜ਼ ਨੇ ਯੂਟੀਲਾਈਜ਼ ਕਰਨਾ ਅਤੇ ਉਹਨਾਂ ਨੇ ਸੈਲਸ ਦੇ ਅੰਦਰ ਚੱਲ ਜਾਣਾ. ਜੇ ਉਹ ਚਾਬੀ ਨਹੀਂ ਹੈਗੀ ਤਾਂ ਉਹ ਸੈਲਸ ਦੇ ਅੰਦਰ ਨਹੀਂ ਜਾਣਾ. ਹੁਣ ਆਪਣੀ ਜਿਹੜੀ ਏਸ਼ੀਅਨ ਕਮਿਊਨਿਟੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਡਾ ਰਿਸਕ ਫੈਕਟਰ ਜ਼ਿਆਦਾ ਆ, ਉਹ ਕਹਿੰਦੇ ਵੀ ਜਿਹੜੇ ਸੈਲਸ ਇਹ ਇੰਸੂਲਿਨ ਪ੍ਰੋਡਿਊਸ ਕਰ ਰਹੇ ਨੇ, ਜਿਹਨਾਂ ਨੂੰ ਅਸੀਂ ਬੇਟਾ ਸੈਲਸ ਕਹਿੰਦੇ ਹਾਂ, ਉਹਨਾਂ ਦੀ ਜਿਹੜਾ ਨੰਬਰ ਆ ਉਹ ਸਾਡੇ ਜੰਮ ਦੇ ਬੱਚਿਆਂ 'ਚ ਗੋਰਿਆਂ ਦੇ ਕੰਪੈਰੀਜ਼ਨ ਦੇ ਵਿੱਚ ਘੱਟ ਆ. ਸੋ ਉਹਦਾ ਮਤਲਬ ਸਿੱਧਾ ਇਹ ਹੋ ਗਿਆ ਕਿ ਸਾਡੇ ਸਰੀਰ ਦੇ ਵਿੱਚ ਇੰਸੂਲਿਨ ਘੱਟ ਪੈਦਾ ਹੋ ਰਹੀ ਹੈ, ਜਿਹਨੇ ਕਿ ਗਲੂਕੋਜ਼ ਨੂੰ ਵਰਤਣ ਦੇ ਵਿੱਚ ਸਹਾਈ ਹੋਣਾ. ਬਿਲਕੁਲ ਤੁਹਾਡੀ ਗੱਲ ਸਹੀ ਹੈ. ਕਿਵੇਂ ਵਧਾਈ ਜਾ ਸਕਦੀ ਹੈ ਉਹ ਸਰ? ਹੁਣ ਦੇਖੋ ਇਹ ਰਿਸਕ ਫੈਕਟਰ ਸਾਡੇ ਕੋਲ ਪਹਿਲੇ ਜੰਮਦੇ ਹੀ ਆ ਗਿਆ ਨਾ ਜੀ, ਕੁਦਰਤੀ ਤੌਰ 'ਤੇ ਆ. ਸੋ ਅਸੀਂ ਇਨਕਲਾਈਨ ਹੁੰਦੇ ਹਾਂ ਟੂਵਰਡਸ ਆਪਣੀ ਜੈਨੇਟਿਕ ਮੇਕਅਪ ਦੇ ਹਿਸਾਬ ਦੇ ਨਾਲ ਕਿ ਸਾਨੂੰ ਜਦੋਂ ਅਸੀਂ ਆਪਣੀ ਏਜ ਗਰੁੱਪ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ 35 ਸਾਲਾਂ ਦੀ ਉਮਰ ਦੇ ਵਿੱਚ ਜਦੋਂ ਬੰਦੇ ਦਾ ਬੇਸਲ ਮੈਟਾਬੋਲਿਕ ਰੇਟ ਜਿਹੜਾ ਘਟਣ ਲੱਗ ਪੈਂਦਾ, ਉਸ ਟਾਈਮ ਦੇ ਉੱਤੇ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਮੈਟਾਬੋਲਿਕ ਸਿੰਡਰਮ ਜਿਹੜਾ ਉਹਦੇ ਬਾਰੇ ਦੇ ਵਿੱਚ, ਬਟ ਉਹ ਉਸ ਏਜ ਤੱਕ ਪਹੁੰਚਦਿਆਂ ਸਾਡੇ ਬੋਡੀ ਉਹਨਾਂ ਪ੍ਰੋਡਿਊਸ ਹੀ ਨਹੀਂ ਕਰਦੀ ਇੰਸੂਲਿਨ, ਸਾਡੇ ਵਿੱਚ ਇੰਸੂਲਿਨ ਦੀ ਰੈਜ਼ਿਸਟੈਂਸ ਹੋਣ ਲੱਗ ਪੈਂਦੀ, ਸਾਡਾ ਗਲੂਕੋਜ਼ ਯੂਟੀਲਾਈਜ਼ ਨਹੀਂ ਕਰ ਰਿਹਾ. ਸੋ ਇੱਕ ਜੇ ਤੁਸੀਂ ਖਾ ਰਹੇ ਹੋ ਤਾਂ ਤੁਹਾਡੇ ਕੰਪੈਰੀਜ਼ਨ ਦੇ ਵਿੱਚ ਕੋਈ ਕੈਨੇਡੀਅਨ ਜਿਹੜਾ ਕੋਕੇਸ਼ੀਅਨ ਬੰਦਾ ਖਾਣਾ ਖਾ ਰਿਹਾ ਭਾਵੇਂ ਉਹ ਸੇਮ ਹੀ ਖਾਣਾ ਖਾ ਰਿਹਾ, ਉਹ ਤੁਹਾਡਾ ਰਿਸਕ ਜ਼ਿਆਦਾ ਆ ਉਸ ਹਾਲਤ ਦੇ ਵਿੱਚ. ਦੂਸਰੀ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਆ, ਤੁਸੀਂ ਆਪਣੀ ਜਿਹੜੀ ਵੇਸਟ ਟੂ ਹਿਪ ਰੇਸ਼ੋ ਦੇਖੋ ਆਪਣੀ ਕਮਿਊਨਿਟੀ ਦੇ ਵਿੱਚ, ਸਾਡੀ ਓਬੈਸਿਟੀ ਸਾਰੀ ਵੇਸਟ ਦੇ ਦੁਆਲੇ ਆ, ਅਸੀਂ ਲੱਕ ਮੋਟਾ ਸਾਡਾ ਜਿਹੜਾ ਬੇਸਲ ਮੈਟਾਬੋਲਿਕ ਇੰਡੈਕਸ ਹੈ, ਜਦੋਂ ਅਸੀਂ ਆਪਣਾ ਕਾਰਡੀਓਵੈਸਕੁਲਰ ਰਿਸਕ ਜਾਂ ਕਰਦੇ ਹਾਂ ਜਾਂ ਡਾਇਬੀਟਿਕ ਜਿਹੜਾ ਕੈਨ ਰਿਸਕ ਦੇ ਅੰਦਰ ਰਿਸਕ ਅਸੈਸਮੈਂਟ ਕਰਦੇ ਨੇ, ਸਾਡਾ ਵੈਸੇ ਹੀ ਜ਼ਿਆਦਾ, ਸਾਡੀ ਓਬੈਸਿਟੀ ਦਾ ਜਿਹੜਾ ਲੈਵਲ ਆ ਉਹ ਕਾਫੀ ਹੱਦ ਤੱਕ ਜ਼ਿਆਦਾ ਆ ਬਾਕੀਆਂ ਦੇ ਕੰਪੈਰੀਜ਼ਨ. ਦੇਖੋ ਇਹ ਤਾਂ ਪਿਤਾ ਪੁਰਖ ਹੋ ਗਿਆ ਨਾ, ਜਿਹਨੂੰ ਅਸੀਂ ਜੈਨੇਟਿਕਸ ਕਹਿ ਦਿੰਦੇ ਹਾਂ. ਕੀ ਜੇ ਕੋਈ ਮੇਰੇ ਵਰਗਾ ਬੰਦਾ ਉਹ ਚਾਹ ਦੇ ਕੱਪ ਦੇ ਵਿੱਚ 4 ਚਮਚੇ ਸਿੱਟ ਕੇ ਪੀਂਦਾ
ਦੂਜਾ ਬੰਦਾ ਜਿਹੜਾ ਉਹ ਦੋ ਚਮਚੇ ਸਿੱਟ ਕੇ ਪੈਂਦਾ ਤੇ ਉਹ ਦੋਵੇਂ ਭਰਾ ਨੇ ਉਹਨਾਂ ਦੇ ਮਾਂ ਪਿਓ ਇੱਕੋ ਹੈ ਕੀ ਇਹਦੇ ਨਾਲ ਰਿਸਕ ਵੱਧਦਾ ਬਿਲਕੁਲ ਰਿਸਕ ਵੱਧਦਾ ਬਿਕੋਜ਼ ਹੁਣ ਤੁਸੀਂ ਤੁਹਾਨੂੰ ਤੁਸੀਂ ਦੋਨੋਂ ਜਣੇ ਐਟ ਏ ਰਿਸਕ ਫੈਕਟਰ ਦੇ ਉੱਤੇ ਹੋ ਕਿਉਂਕਿ ਤੁਸੀਂ ਬ੍ਰਦਰਸ ਹੋ ਪਰ ਜਿਹੜੀ ਪ੍ਰੋਬਲਮ ਇਹ ਆ ਰਹੀ ਕਿ ਤੁਸੀਂ ਆਪਣੀ ਡਾਇਟ 'ਤੇ ਵੀ ਨਹੀਂ ਕੰਟਰੋਲ ਕਰ ਰਹੇ ਹੁਣ ਇੱਕ ਤਾਂ ਰਿਸਕ ਫੈਕਟਰ ਉਹ ਆ ਜਿਹੜਾ ਜੈਨੇਟਿਕ ਰਿਸਕ ਫੈਕਟਰ ਇੱਕ ਮੋਡੀਫਾਈਡ ਰਿਸਕ ਫੈਕਟਰ ਆ ਜਿਹੜੀ ਡਾਇਟ ਆ ਜਾਂ ਜਿਹੜੀ ਐਕਸਰਸਾਈਜ਼ ਅਸੀਂ ਸੈਗਮੈਂਟ ਦੇ ਅੱਗੇ ਉਹ ਮੋਡੀਫਿਕੇਸ਼ਨ ਦੇ ਲਈ ਆਪਾਂ ਰਿਸਕ ਫੈਕਟਰ ਯੂਜ਼ ਕਰ ਰਹੇ ਹਾਂ ਜੇ ਤੁਸੀਂ ਹੁਣ ਜੇ ਤੁਹਾਨੂੰ ਮੈਂ ਕਹਾਂ ਕਿ ਤੁਸੀਂ ਤੁਹਾਡੀ ਇਨਕਲੀਨੇਸ਼ਨ ਆ ਤੁਸੀਂ ਹੁਣ ਇਹ ਵੇਟ ਤਾਂ ਨਹੀਂ ਕਰ ਸਕਦੇ ਕਿ ਜਦੋਂ ਮੈਨੂੰ ਡਾਇਬਟੀਜ਼ ਹੋ ਗਈ ਵੀ ਹਰਜੋਤ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਤੁਹਾਡੀ ਹੈਗੀ ਆ ਉਸ ਦਿਨ ਮੈਂ ਵੇਟ ਕਰਕੇ ਖਾਣਾ ਖਾਊਂਗਾ ਜਾਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਦੇਖੋ ਜਿਸ ਹਾਲਤ ਦੇ ਵਿੱਚ ਅਸੀਂ ਇਸ ਕਮਿਊਨਿਟੀ ਦੇ ਵਿੱਚੋਂ ਗੁਜ਼ਰ ਰਹੇ ਹਾਂ ਉੱਥੇ ਅਸੀਂ ਮੇਰੇ ਵੀਰ ਬਹੁਤ ਸਾਰੇ ਟਰੱਕ ਡਰਾਈਵਰ ਨੇ ਜਾਂ ਟੈਕਸੀ ਚਲਾਉਂਦੇ ਨੇ ਫਿਜ਼ੀਕਲ ਐਕਟੀਵਿਟੀ ਬਹੁਤ ਥੋੜ੍ਹੀ ਆ ਬਹੁਤ ਥੋੜ੍ਹੀ ਆ ਜਦੋਂ ਅਸੀਂ ਕਦੀ ਵੀ ਮੈਂ ਆਪਣੇ ਈਵਨ ਮੇਰੇ ਜਿਹੜੇ ਬਹੁਤ ਕਲੋਜ਼ ਦੇ ਬੰਦੇ ਵੀ ਨੇ ਕਈ ਵਾਰੀ ਪੁੱਛਦੇ ਆ ਨਾ ਕਿ ਵੀਰ ਜੀ ਤੁਸੀਂ ਥੱਕ ਗਏ ਤਾਂ ਕਹਿੰਦੇ ਡਬਲ ਡਬਲ ਲੈ ਲਈ ਟਿਮ ਹਾਰਟਨਸ ਜੀ ਹਾਂ ਡਬਲ ਮਤਲਬ ਦੂਰੀ ਖੰਡ ਤੇ ਦੂਰੀ ਖੰਡ ਹਾਂਜੀ ਬਿਲਕੁਲ ਹੁਣ ਤੁਸੀਂ ਦੇਖੋ ਜੇ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਸਾਡੇ ਕੋਲ ਸ਼ੂਗਰ ਤਾਂ ਵੈਸੇ ਇੱਕ ਤਾਂ ਡਾਇਰੈਕਟ ਆ ਰਹੀ ਇੱਕ ਇਨਡਾਇਰੈਕਟ ਦੁੱਧ ਦੇ ਵਿੱਚ ਵੀ ਕਾਫੀ ਹੱਦ ਤੱਕ ਸ਼ੂਗਰ ਹੈਗੀ ਹੈ ਹੁਣ ਤੁਸੀਂ ਦੁੱਧ ਆਪਣੀ ਕਮਿਊਨਿਟੀ ਦੇ ਵਿੱਚ ਬੜਾ ਇੰਪੋਰਟੈਂਟ ਜਿਸ ਨੂੰ ਆਪਾਂ ਕਹਿੰਦੇ ਰੋਲ ਆ ਹਰ ਚੀਜ਼ ਦੇ ਵਿੱਚ ਅਸੀਂ ਦੁੱਧ ਯੂਜ਼ ਕਰਦੇ ਹਾਂ ਇੱਥੇ ਜਿਹੜੀ ਨਾ ਇੱਕ ਐਗਜ਼ਾਮਪਲ ਕਹਿੰਦੇ ਉਦਾਹਰਨ ਦੇ ਤੌਰ ਤੇ ਅਸੀਂ ਜੋ ਸੁਪਰ ਸਟੋਰ ਦੇ ਵਿੱਚ ਜਾਂਦੇ ਹਾਂ ਨਾ ਤੇ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੀ ਜਿਹੜੀ ਟਰਾਲੀ ਹੁੰਦੀ ਹੈ ਸ਼ਾਪਿੰਗ ਵਾਲੀ ਉਹਦੇ ਵਿੱਚ 7-7 8-8 10-10 ਕੈਨੀਆਂ ਦੁੱਧ ਦੀਆਂ ਹੁੰਦੀਆਂ ਨੇ ਤੇ ਕਈ ਜਿਹੜੇ ਕੋਲੀਗਸ ਗੋਰੇ ਨੇ ਉਹ ਪੁੱਛਦੇ ਵੀ ਤੁਸੀਂ ਇੰਨਾ ਦੁੱਧ ਦਾ ਕਰਦੇ ਕੀ ਹੋ ਬਿਲਕੁਲ ਅਸੀਂ ਗੱਲ ਕਰ ਰਹੇ ਸੀ ਤਾਂ ਬਾਈ ਜੀ ਵੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਆ ਉਹਨਾਂ ਨੇ ਸਟੱਡੀ ਕੀਤੀ ਜਿਹੜੀ ਉਹਨਾਂ ਨੇ ਇੱਕ ਹੋਰ ਇੰਟਰਸਟਿੰਗ ਫੈਕਟਰ ਜਿਹੜਾ ਸਾਡੀ ਕਮਿਊਨਿਟੀਜ਼ ਦੇਖਿਆ ਉਹ ਸੋਸ਼ੀਓ ਇਕਨੋਮਿਕ ਸਟੇਟਸ ਦੇਖਿਆ ਜੀ ਉਹ ਕਹਿੰਦੇ ਕਿ ਇਹਨਾਂ ਦੀ ਕਮਿਊਨਿਟੀ ਜਿਹੜੀ ਹੈਗੀ ਨਾ ਉਹਨਾਂ ਦੇ ਵਿੱਚ ਕਲਚਰਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਸ਼ੂਗਰ ਵੈਸੇ ਹੀ ਬਹੁਤ ਹਾਈ ਆ ਹੁਣ ਤੁਸੀਂ ਦੇਖੋ ਆਪਾਂ ਮੈਂ ਚਲੋ ਅਸੀਂ ਇਸ ਚੈਨਲ ਦੇ ਥਰੂ ਲੋਕਾਂ ਨੂੰ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਕਿੰਨੀ ਵਾਰੀ ਅਸੀਂ ਰਸਗੁੱਲੇ ਗੁਲਾਬ ਜਾਮਣਾ ਇਹ ਇਹਨਾਂ ਨੂੰ ਅਸੀਂ ਇੱਕ ਪਾਰਟ ਆਫ ਦੀ ਕਲਚਰ ਮੰਨਦੇ ਹਾਂ ਜੇ ਤੁਸੀਂ ਹੁਣ ਮਿਲ ਕੇ ਲੈ ਕੇ ਆਉਂਦਾ ਤਾਂ ਤੁਸੀਂ ਚਾਹ ਦਾ ਕੱਪ ਨਾਲ ਪਿਲਾਉਣਾ ਹੁਣ ਮੈਂ ਆਪਣੇ ਪਰਿਵਾਰ ਦੇ ਵਿੱਚ ਅਸੀਂ ਸਾਰੇ ਈਸਟ ਇੰਡੀਅਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਮੈਨੂੰ ਨਹੀਂ ਲੱਗਦਾ ਹੋਊਗਾ ਕਿ ਜੇ ਅਸੀਂ ਆਪਣੀ ਆਪਣੀ ਮਾਂ ਨੂੰ ਜਾਂ ਭੈਣ ਨੂੰ ਇਹ ਗੱਲ ਕਹੀਏ ਕਿ ਬੀਬਾ ਵੀ ਤੂੰ ਅੱਜ ਇਹਦੇ ਵਿੱਚ ਮਿੱਠਾ ਨਾ ਪਾਈ ਉਹਨਾਂ ਨੇ ਕਹਿਣਾ ਤੁਸੀਂ ਬਿਮਾਰ ਹੋ ਇਹ ਇੱਕ ਸੋਸ਼ੀਓ ਇਕਨੋਮਿਕ ਆਪਣੀ ਗੱਲ ਆ ਪਰਸੈਪਸ਼ਨ ਬਣੀ ਹੋਈ ਆ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਜਿਹੜਾ ਬੰਦਾ ਪਤਲਾ ਆ ਜਿਸ ਤਰ੍ਹਾਂ ਤੁਹਾਡੀ ਫਿਜ਼ੀਕ ਆ ਤੇ ਜੇ ਤੁਹਾਨੂੰ ਕੋਈ ਮਿਲੇ ਤੁਸੀਂ ਕਹਿਣਾ ਬਾਈ ਜੀ ਤੁਸੀਂ ਖਾਣਾ ਨਹੀਂ ਖਾਂਦੇ ਮਾੜੇ ਹੋ ਗਏ ਜਿਹੜਾ ਬੰਦਾ ਹੈਲਦੀ ਆ ਜਿਹੜਾ ਬੰਦਾ ਆਪਾਂ ਕਿਸ ਤਰ੍ਹਾਂ ਵੇਸਟ ਆਪਾਂ ਵੇਸਟ ਸਾਈਜ਼ ਦੀ ਗੱਲ ਕਰ ਰਹੇ ਹਾਂ ਜਿਹੜਾ ਬੰਦਾ ਵੇਸਟ ਤੋਂ ਭਰ ਆਇਆ ਉਹ ਕਹਿੰਦਾ ਵੀ ਇਹ ਚੰਗੇ ਪਰਿਵਾਰ ਤੋਂ ਆ ਦੇਖੋ ਆਪਾਂ ਕਹਿੰਦੇ ਬੰਦਾ ਸਿਹਤਮੰਦ ਜਿਹਾ ਬੰਦਾ ਹੈ ਆਪਾਂ ਇਹ ਨਹੀਂ ਕਹਿੰਦੇ ਮੋਟਾ ਜਿਹਾ ਬੰਦਾ ਕਿਉਂਕਿ ਅਸੀਂ ਮੋਟੇ ਹੋਣਾ ਨੂੰ ਸਿਹਤਮੰਦ ਮੰਨਦੇ ਹਾਂ ਬਿਲਕੁਲ ਜੀ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਸੀਂ ਪਤਾ ਕੀ ਕੀਤਾ ਅਸੀਂ ਜਦੋਂ ਇਸ ਕੈਨੇਡਾ ਦੇ ਵਿੱਚ ਅਸੀਂ ਐਂਟਰ ਕੀਤਾ ਅਸੀਂ ਇਸ ਦੇਸ਼ ਨੇ ਸਾਨੂੰ ਬਹੁਤ ਕੁਛ ਦਿੱਤਾ ਇਸ ਦੇਸ਼ ਨੇ ਸਾਨੂੰ ਤਰੱਕੀ ਦਿੱਤੀ ਇਸ ਦੇਸ਼ ਨੇ ਸਾਨੂੰ ਇੱਕ ਤਰੀਕੇ ਦੇ ਨਾਲ ਸੈੱਟ ਹੋਣ ਦੇ ਵਿੱਚ ਹੈਲਪ ਕੀਤੀ ਆਪਣੇ ਬੱਚਿਆਂ ਨੂੰ ਅੱਗੇ ਤੋਰਿਆ ਪਰ ਇੱਕ ਗੱਲ ਇਸ ਦੇਸ਼ ਦੇ ਵਿੱਚ ਅਸੀਂ ਆ ਕੇ ਭੁੱਲ ਗਏ ਕਿ ਆਪਣੀ ਸਿਹਤ ਦਾ ਧਿਆਨ ਅਸੀਂ ਨਹੀਂ ਰੱਖ ਸਕੇ ਦੇਖੋ ਜਦੋਂ ਅਸੀਂ ਇੰਡੀਆ ਦੇ ਵਿੱਚ ਆ ਨਾ ਜਿਹੜਾ ਜਦੋਂ ਅਸੀਂ ਗੱਲ ਕਰਦੇ ਹਾਂ ਡਾਇਬਟੀਜ਼ ਦੀ ਚਲੋ ਅਸੀਂ ਇਸ ਟੋਪਿਕ ਦੇ ਉੱਤੇ ਸਪੈਸੀਫਿਕ ਡਿਸਕਸ਼ਨ ਕਰ ਰਹੇ ਹਾਂ ਪਰ ਉਹ ਤਾਂ ਨੋਰਮਲ ਗੱਲ ਕਰੀਏ ਨਾ ਜਿਹੜੇ ਈਵਨ ਗੋਰੇ ਜਾਂ ਜਿਹੜੇ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਛੱਡ ਕੇ ਐਕਸਰਸਾਈਜ਼ ਉਹਨਾਂ ਦੀ ਪਾਰਟ ਆਫ ਲਾਈਫ ਆ ਜੀ ਗੋਇੰਗ ਟੂ ਦੀ ਜਿਮ ਤੁਸੀਂ ਦੇਖੋ ਇਸ ਟਾਈਮ ਦੇ ਉੱਤੇ ਜੇ ਤੁਸੀਂ ਗੁੱਡ ਲਾਈਫ ਜਾ ਕੇ ਦੇਖੋ ਰਾਸ਼ੀ ਆ ਸਾਡੇ ਬਜ਼ੁਰਗ ਜਾਂ ਸਾਡੇ ਜਿਹੜੇ 90% ਮੇਰੇ ਆਪਣੇ ਮੈਂ ਆਪਣੇ ਪੇਰੈਂਟਸ ਬਾਰੇ ਵੀ ਕਹਿ ਸਕਦੀ ਹਾਂ ਜਾਂ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਵੀ ਕਹਿ ਸਕਦੇ ਸਾਡਾ ਇਹ ਟਾਈਮ ਆ ਵੀ ਅਸੀਂ ਖਾਣਾ ਖਾਈਏ ਅਤੇ ਸੌਂ ਜਾਈਏ ਅੱਛਾ ਡਾਕਟਰ ਹਰਜੋਤ ਸਾਨੂੰ ਇਹ ਦੱਸੋ ਕਿ ਜਦੋਂ ਤੁਸੀਂ ਐਕਸਰਸਾਈਜ਼ ਦੀ ਗੱਲ ਕਸਰਤ ਦੀ ਗੱਲ ਕੀਤੀ ਹੈ ਨਾ ਕਸਰਤ ਕਰਨ ਨਾਲ ਸ਼ੂਗਰ ਘਟਦੀ ਬਿਲਕੁਲ ਇਹ ਬਹੁਤ ਤੁਸੀਂ ਅਪਰੋਪਰੀਏਟ ਕੁਐਸਚਨ ਪੁੱਛਿਆ ਜੇ ਸਾਡੇ ਕੋਲ ਪੇਸ਼ੈਂਟ ਜਦੋਂ ਆਉਂਦੇ ਨੇ ਨਾ ਬਾਈ ਜੀ ਉਹ ਕਹਿੰਦੇ ਨੇ ਕਿ ਅੱਜ ਮੈਂ ਐਕਸਰਸਾਈਜ਼ ਕੀਤੀ ਅਤੇ ਮੈਂ ਆਪਣੀ ਸ਼ੂਗਰ ਟੈਸਟ ਕੀਤੀ ਤਾਂ ਇਹ ਮੱਚ ਲੋਅਰ ਲੈਵਲ 'ਤੇ ਸੀ ਸੋ ਜਦੋਂ ਤੁਸੀਂ ਕਸਰਤ ਕਰਦੇ ਹੋ ਗਲੂਕੋਜ਼ ਯੂਟੀਲਾਈਜ਼ ਹੋ ਰਿਹਾ ਦੇਖੋ ਕਿੰਨੀ ਸੌਖੀ ਜਿਹੀ ਗੱਲ ਆ ਐਗਜ਼ਾਮਪਲ ਆ ਜਿਹੜੀ ਜੇ ਅਸੀਂ ਆਪਣੀਆਂ ਟੋਟਲ ਗਾਈਡਲਾਈਨਸ ਦੇਖੀਏ ਤਾਂ 150 ਮਿੰਟ ਐਟਲੀਸਟ ਇਨ ਅ ਵੀਕ ਇੰਨੀ ਐਕਸਰਸਾਈਜ਼ ਆਪਾਂ ਨੂੰ ਕਰਨੀ ਬਣਦੀ ਆ ਪਰ ਅਸੀਂ ਕਈ ਵਾਰੀ ਹੁੰਦੇ ਨਾ ਕਿ ਮੈਂ ਕੰਮ ਤੇ ਹਾਂ ਸਾਰਾ ਦਿਨ ਅੰਤ ਨਾ ਲੈਸ ਇਸ ਫਿਜ਼ੀਕਲ ਐਕਟੀਵਿਟੀ ਐਟ ਵਰਕ ਜਿਹੜੇ ਤੁਸੀਂ ਕਦੀ ਕੋਈ ਲਾਈਕ ਉਹਨਾਂ ਜੋਬਾਂ ਦੇ ਵਿੱਚੋਂ ਜਿੱਥੇ ਤੁਹਾਡੀ ਫਿਜ਼ੀਕਲ ਐਕਸਰਸਾਈਜ਼ ਬਹੁਤ ਹੁੰਦੀ ਹੈ ਪਰ ਜੇ ਤੁਸੀਂ ਬੈਠ ਕੇ ਕੋਈ ਕੰਮ ਕਰ ਰਹੇ ਹੋ ਜਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਹੈ ਜਿਹਦੇ ਵਿੱਚ ਇੰਨੀ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਮੈਂਟਲੀ ਸਟ੍ਰੈਸ ਜ਼ਰੂਰ ਹੈ ਪਰ ਉਹਦੇ ਵਿੱਚ ਐਕਟੀਵਿਟੀ ਹੈ ਨਹੀਂ ਸੋ ਮੈਂ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਚੀਜ਼ ਆ ਜਿਹੜੀ ਅਸੀਂ ਲੈਕ ਕਰ ਰਹੇ ਹਾਂ
ਅਸੀਂ ਸੋਸ਼ੋ ਇਕਨੋਮਿਕ ਸਟੇਟਸ ਦੀ ਗੱਲ ਕਰ ਰਹੇ ਹਾਂ, ਪਰ ਅਸੀਂ ਔਨ ਦੀ ਅਦਰ ਸਾਈਡ ਅਸੀਂ ਬੜੀਆਂ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਸੋ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਕੈਨੇਡਾ ਦੇ ਵਿੱਚ ਇਸ ਇਹਨਾਂ ਦੇ ਕਲਚਰ ਨੂੰ ਤਾਂ ਅਡੋਪਟ ਕਰਨਾ, ਪਰ ਆਪਣੀ ਸਿਹਤ ਦਾ ਧਿਆਨ ਰੱਖਣਾ। ਤੁਸੀਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ, ਇੰਡੀਆ ਦੇ ਵਿੱਚ ਅਸੀਂ ਯੂਨੀਵਰਸਿਟੀਆਂ 'ਚ ਪੜ੍ਹੇ, ਤੁਸੀਂ ਵੀ ਯੂਨੀਵਰਸਿਟੀਆਂ 'ਚ ਪੜ੍ਹੇ, ਅਸੀਂ ਬਹੁਤ ਵਾਕ ਕੀਤੀ। ਤੁਸੀਂ ਦੇਖੋ ਸਾਨੂੰ ਬੱਸਾਂ ਤੱਕ ਪਹੁੰਚਣ ਦੇ ਲਈ, ਰਿਕਸ਼ਿਆਂ ਦੇ ਵਿੱਚ ਜਾਣ ਤੱਕ ਬਹੁਤ ਐਕਟਿਵ ਲਾਈਫ ਸਟਾਈਲ ਆ। ਹੁਣ ਅਸੀਂ ਪੈਡੋਮੀਟਰ ਯੂਜ਼ ਕਰਦੇ ਹਾਂ ਜਾਂ ਕੁਛ ਵੀ ਚੀਜ਼ ਯੂਜ਼ ਕਰਦੇ, ਹਰ 10,000 ਸਟੈਪ ਨਹੀਂ ਚੱਕੇ ਜਾਂਦੇ, ਉੱਥੇ ਸਾਡੀ ਐਕਟੀਵਿਟੀ ਬਹੁਤ ਹੈ। ਇੱਕ ਸੀਜ਼ਨ ਦਾ ਬਹੁਤ ਫਰਕ ਹੈ, ਜੇ ਹੁਣ ਮੌਸਮ ਦੇ ਵਿੱਚ ਠੰਡ ਆ ਤਾਂ ਮੁਸ਼ਕਲ ਆ ਬਾਹਰ ਜਾ ਕੇ ਵਾਕ ਕਰਨੀ, ਪਰ ਕੁਝ ਟਿਪਸ ਜਿਹੜੇ ਆਪਾਂ ਅੱਗੇ ਜਾ ਕੇ ਦੇਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਹੋਰ ਚੀਜ਼ਾਂ ਨੂੰ ਇੰਟਰੋਡਿਊਸ ਕਰ ਸਕਦੇ ਹੋ ਆਪਣੀ ਲਾਈਫ 'ਚ, ਤਾਂ ਕਿ ਤੁਸੀਂ ਜਿਹੜੀ ਡਿਜ਼ੀਜ਼ ਆ ਉਹਨੂੰ, ਉਹਦੀ ਪ੍ਰੋਗਰੈਸ਼ਨ ਨੂੰ ਰੋਕ ਸਕੋ। ਦੇਖੋ ਤੁਸੀਂ ਐਕਸਰਸਾਈਜ਼ ਦੀ ਆਪਾਂ ਗੱਲ ਹੋਰ ਕਰਦੇ ਹਾਂ, ਕਿਉਂਕਿ ਜਦੋਂ ਕੋਈ ਵੀ ਦਰਸ਼ਕ ਇਹ ਗੱਲ ਨੂੰ ਸੁਣਦਾ ਹੈ ਤਾਂ ਐਕਸਰਸਾਈਜ਼ ਸ਼ਬਦ ਜਦੋਂ ਵਰਤਦੇ ਹਾਂ ਨਾ, ਤਾਂ ਸਾਡੇ ਅੱਖਾਂ ਮੂਹਰੇ ਜਿਮਨੇਜ਼ੀਅਮ ਜਿਮ ਅਤੇ ਵੇਟ ਘੁੰਮਣ ਲੱਗ ਪੈਂਦੇ ਆ। ਕੀ ਤੁਹਾਡਾ ਮਤਲਬ ਹੈਵੀ ਐਕਸਰਸਾਈਜ਼ ਹੈ ਜਾਂ ਤੁਸੀਂ ਤੁਰਨਾ ਵੀ ਬਥੇਰਾ ਹੈ ਜੇ ਸ਼ੂਗਰ ਨੂੰ ਕੰਟਰੋਲ? ਬਿਲਕੁਲ, ਮੈਂ ਇਹ ਗੱਲ ਕਹਿੰਦੀ ਹਾਂ ਕਿ ਕਿਉਂਕਿ ਜਿਹੜੀ 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 ਸਾਡੇ ਕੋਲ ਅਸੀਂ ਕਹਿੰਦੇ ਨਾ 150 ਮਿੰਟ ਦੀ ਐਕਸਰਸਾਈਜ਼ ਕਰਨੀ ਹੈ, ਢਾਈ ਘੰਟੇ, ਉਹ ਵੀ ਇੱਕ ਹਫ਼ਤੇ ਦੇ ਵਿੱਚ, ਹਫ਼ਤੇ 'ਚ ਢਾਈ ਘੰਟੇ। ਹੁਣ ਤੁਸੀਂ ਦੇਖ ਲਓ 15-20 ਮਿੰਟ ਵੀ ਇੱਕ ਦਿਨ 'ਚ ਕਰੋ ਤਾਂ ਤੁਸੀਂ ਹਫ਼ਤੇ 'ਚ ਢਾਈ ਘੰਟਿਆਂ ਤੱਕ ਪਹੁੰਚ ਸਕਦੇ ਹੋ। ਤੁਸੀਂ ਇਹਦੇ ਵਿੱਚ ਸਿਰਫ ਜੇ ਆਪਾਂ ਵਾਕ ਵੀ ਕਰਦੇ ਨਾ, ਉਹ ਵੀ ਐਕਸਰਸਾਈਜ਼ ਦੇ ਵਿੱਚ ਮੰਨੀ ਜਾਂਦੀ। ਪਰ ਜੇ ਵਾਕ ਤੁਸੀਂ ਬ੍ਰਿਸਕ ਵਾਕ ਕਰ ਲਓ, ਜਿਹਨੂੰ ਅਸੀਂ ਤੇਜ਼ ਤੇਜ਼ ਤੁਰਨਾ ਐਕਸਰਸਾਈਜ਼, ਬਿਲਕੁਲ। ਹੁਣ ਜਿਹੜੇ ਸਾਡੀਆਂ ਭੈਣਾਂ ਨੇ ਜਿਹੜੀਆਂ ਘਰ ਰਹਿੰਦੀਆਂ ਨੇ, ਕਈ ਵਾਰੀ ਉਹ ਕਹਿੰਦੀਆਂ ਕਿ ਸਾਡੇ ਕੋਲ ਜਿੰਮ ਜਾਣ ਦਾ ਟਾਈਮ ਨਹੀਂ। ਹੁਣ ਸਟੇਅਰ ਸਾਰੇ ਘਰਾਂ ਦੇ ਵਿੱਚ ਨੇ, ਤੁਸੀਂ 10 ਵਾਰੀ ਸਟੇਅਰ ਉੱਪਰ ਜਾਓ, 10 ਵਾਰੀ ਤੁਸੀਂ ਥੱਲੇ ਆਓ, ਤਾਂ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ, ਠੀਕ ਹੈ। ਇੱਕ ਹੋਰ ਬੜੀ ਚੀਜ਼ ਅਸੀਂ ਇੰਟਰੋਡਿਊਸ, ਤੁਸੀਂ ਨਾਲ ਲਓ, ਜੇ ਤੁਸੀਂ, ਤੁਹਾਨੂੰ ਪਤਾ ਹਰ 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 ਬਿਲਡਿੰਗ 'ਚ ਐਲੀਵੇਟਰ ਆ, ਪਰ ਹਰ ਬਿਲਡਿੰਗ ਦੇ ਵਿੱਚ ਪੌੜੀਆਂ ਵੀ ਨੇ। ਹਾਂਜੀ, ਤੁਸੀਂ ਫਿਰ ਉਹ, ਜੇ ਤੁਸੀਂ ਕੰਮ 'ਤੇ ਇਸ ਤਰ੍ਹਾਂ ਦੇ ਇਨਵਾਇਰਮੈਂਟ 'ਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੌੜੀਆਂ ਲੈ ਕੇ ਜਾ ਸਕਦੇ ਹੋ। ਫਿਰ ਮੌਲ ਜਾ ਰਹੇ ਹੋ, ਜਦੋਂ ਤੁਸੀਂ ਬਾਈ ਜੀ ਆਪਣੀ ਕਾਰ ਥੋੜ੍ਹੀ ਜਿਹੀ ਦੂਰ ਪਾਰਕ ਕਰੋ, ਵੈਰੀ ਗੁੱਡ, ਤਾਂ ਕਿ ਤੁਸੀਂ ਥੋੜ੍ਹਾ ਜਿਹਾ ਟਾਈਮ ਦਿਓ ਆਪਣੇ ਆਪ ਨੂੰ, ਤਾਂ ਕਿ ਤੁਸੀਂ, ਜੇ ਤੁਸੀਂ ਜਦੋਂ ਤੁਸੀਂ ਕਰਦੇ ਹੋ ਤਾਂ ਤੁਸੀਂ, ਹੁਣ ਦੇਖੋ ਮੌਸਮ ਠੰਡ ਦਾ ਹੋਣ ਕਰਕੇ ਅਸੀਂ ਕਹਿੰਦੇ ਹਾਂ ਵੀ ਗੱਡੀ ਬਿਲਕੁਲ ਉੱਪਰ ਜਾ ਕੇ ਪਾਰਕ ਕਰਨੀ ਹੈ, ਗਰਮੀਆਂ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਫਸਟ ਲੇਨ 'ਚ ਪਾਰਕ ਕਰਨੀ ਹੈ। ਸੋ ਉਹ ਜਿਹੜਾ ਇੱਦਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਬਹੁਤ ਵੱਡੀਆਂ ਤਾਂ ਇਹਨਾਂ ਚੀਜ਼ਾਂ ਨੂੰ ਅਸੀਂ ਨਹੀਂ ਮੰਨਦੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਛੋਟੀਆਂ ਛੋਟੀਆਂ ਛੋਟੇ ਛੋਟੇ ਸਟੈਪ ਹੀ ਜਿਹੜੇ ਹੈਗੇ ਨੇ ਉਹ ਤੁਹਾਡੀ ਐਕਸਰਸਾਈਜ਼ ਦੇ ਵਿੱਚ ਇਨਕਲੂਡ ਕਰ ਸਕਦੇ ਹੋ। ਹਾਂਜੀ, ਜਦੋਂ ਅਸੀਂ ਭੈਣਾਂ ਦੀ ਗੱਲ ਕੀਤੀ ਨਾ, ਤੁਸੀਂ ਬੀਬੀਆਂ ਖਾਸ ਤੌਰ 'ਤੇ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ 'ਚੋਂ ਜ਼ਿਆਦਾ ਦੀ ਡਿਊਟੀ ਬੱਚਿਆਂ 'ਤੇ ਆ, ਵੀ ਅਸੀਂ ਟੱਕਦੇ ਹਾਂ, ਅਸੀਂ ਘਰ ਦਾ ਜਿਹੜਾ ਆਰਥਿਕ ਪੱਖ ਸੰਭਾਲਦੇ ਹਾਂ, ਤੁਸੀਂ ਬੱਚਿਆਂ ਦਾ ਸਾਂਭੋ ਨਾ, ਤਾਂ ਉਹਨਾਂ ਦੀ ਐਕਟੀਵਿਟੀ ਆਪੇ ਹੀ ਘੱਟ ਗਈ ਵੀ ਘਰੇ ਰਹਿਣਾ, ਕਿਚਨ 'ਚ ਰਹਿਣਾ। ਕੀ ਜੈਂਡਰ ਦੇ ਹਿਸਾਬ ਨਾਲ, ਲਿੰਗ ਅਨੁਪਾਤ ਦੇ ਹਿਸਾਬ ਨਾਲ, ਕੀ ਔਰਤਾਂ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਸ਼ੂਗਰ ਜ਼ਿਆਦਾ ਹੈ ਜਾਂ ਉਹਦਾ ਰਿਸਕ ਜ਼ਿਆਦਾ ਹੈ ਜਾਂ ਮਰਦਾਂ ਦੇ ਵਿੱਚ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਜਿਸ ਤਰ੍ਹਾਂ ਇੱਦਾਂ ਸੀ ਇਸ ਇਹ ਤੁਸੀਂ ਜਿਹੜਾ ਕੁਐਸਚਨ ਕਿਹਾ ਇਹ ਬਹੁਤ ਸੋਹਣਾ ਕੁਐਸਚਨ ਆ, ਪਰ ਇੱਕ ਗੱਲ ਜਿਹੜੀ ਆਪਾਂ ਗੱਲ ਦੂਸਰੇ ਪਾਸੇ ਕਰ ਰਹੇ ਹਾਂ ਕਿ ਸ਼ੂਗਰ ਜਿਹੜੀ ਉਹ ਡਿਫਰੈਂਟ ਡਿਫਰੈਂਟ ਤਰੀਕੇ ਦੀ ਆ ਜੀ। ਟਾਈਪ 1 ਡਾਇਬਟੀਜ਼ ਆ ਜਿਹਦੇ ਵਿੱਚ, ਜਿਹੜੀ ਬੱਚਿਆਂ ਦੇ ਵਿੱਚ ਪਾਈ ਜਾਂਦੀ ਆ, ਉਹਦੇ ਵਿੱਚ ਜਿਹੜੀ ਆਪਾਂ ਕਿਹਾ ਨਾ ਕਿ ਜਿਸ ਤਰ੍ਹਾਂ ਇਨਸੂਲਿਨ ਜਿਹੜੀ ਕੀ ਫੈਕਟਰੀ ਆ ਜਿਹੜੀ ਉਹਨੂੰ ਖੋਲਦੀ ਆ, ਜਿਹਦੇ ਨਾਲ ਯੂਟੀਲਾਈਜ਼ ਹੁੰਦਾ ਗਲੂਕੋਜ਼, ਉਹ ਵਾਲੀ ਜਿਹੜੀ ਹੈਗੀ ਆ ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਹੈ ਕਿ ਜਿਹੜਾ ਇਨਸੂਲਿਨ ਬਣਦੀ ਨਹੀਂ ਬਾਡੀ ਦੇ ਵਿੱਚ, ਉਸ ਹਾਲਤ ਦੇ ਵਿੱਚ ਸਾਨੂੰ ਇੰਜੈਕਸ਼ਨ ਦੇਣੇ ਪੈਂਦੇ ਨੇ। ਜਿਹੜੀ ਸੈਕਿੰਡ ਟਾਈਪ ਆਫ ਇਨਸੂਲਿਨ ਹੈ ਉਹ ਟਾਈਪ 2 ਆ, ਜਿੱਥੇ ਸਾਡੀ ਕਮਿਊਨਿਟੀ ਲੀਡ ਕਰ ਰਹੀ, ਅਸੀਂ ਹੋਰ ਚੀਜ਼ਾਂ 'ਚ ਵੀ ਲੀਡ ਕਰਦੇ ਹਾਂ ਪਰ ਅਸੀਂ ਟਾਈਪ 2 ਡਾਇਬਟੀਜ਼ ਦੇ ਵਿੱਚ ਵੀ ਲੀਡ ਕਰ ਰਹੇ ਹਾਂ, ਬਹੁਤ ਸਾਡੀ ਕਮਿਊਨਿਟੀ ਦੇ ਵਿੱਚ ਆ। ਤੀਸਰੀ ਜਿਹੜੀ ਹੁਣ ਤੁਸੀਂ ਇੰਪੋਰਟੈਂਟ ਜਿਹੜਾ ਗੱਲ ਕਹੀ ਉਹਦੇ ਵਿੱਚ ਹੈ ਜੈਸਟੇਸ਼ਨਲ ਡਾਇਬਟੀਜ਼, ਪ੍ਰੈਗਨੈਂਸੀ ਇੰਡਿਊਸਡ ਡਾਇਬਟੀਜ਼। ਸਾਡੀਆਂ ਜਿਹੜੀਆਂ ਭੈਣਾਂ ਨੇ ਜਦੋਂ ਪ੍ਰੈਗਨੈਂਟ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਰਿਸਕ ਆ ਨਾ ਉਹ ਡਾਇਬਟੀਜ਼ ਹੋਣ ਦਾ ਉਹ ਮੱਚ ਹਾਇਰ ਆ। ਜੇ ਹੁਣ ਦੇਖੋ ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਪੇਰੈਂਟਸ ਦੇ ਵਿੱਚ ਤੁਹਾਨੂੰ ਕਿਸੇ ਨੂੰ ਸ਼ੂਗਰ ਹੈ ਨਾ, ਅਤੇ ਜੇ ਤੁਸੀਂ ਡਾਇਬੈਟਿਕ ਪ੍ਰੈਗਨੈਂਟ ਹੋ ਜਾਓ ਤਾਂ ਜਿਹੜਾ ਤੁਹਾਡਾ ਟਾਈਮ ਪੀਰੀਅਡ ਆ ਉਹ ਨੋਰਮਲੀ ਡਾਕਟਰ 20 ਵੀਕ ਪ੍ਰੈਗਨੈਂਸੀ ਦੇ ਵਿੱਚ ਚੈੱਕ ਕਰਦੇ ਨੇ ਕਿ ਸਾਡੇ ਜਿਹੜੀ ਕਮਿਊਨਿਟੀ ਦੇ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਡਾਇਬੈਟਿਕ ਹੋ ਜਾਂਦੇ। ਬਹੁਤ ਵਾਰੀ ਮੈਂ ਫਾਰਮੇਸੀ ਦੇ ਦਿਆਂ ਜਦੋਂ ਸਾਨੂੰ ਦਵਾਈਆਂ ਦੇਣੀਆਂ ਪੈਂਦੀਆਂ ਨੇ ਉਸ ਸਟੇਜ ਦੇ ਵਿੱਚ ਵੀ। ਸੋ ਬਾਕੀ ਜਿਹੜਾ ਰਿਸਕ ਆ ਉਹ ਫੀਮੇਲ ਅਤੇ ਮੇਲਸ ਦੇ ਵਿੱਚ ਇੱਕੋ ਜਿਹਾ ਆ, ਪਰ ਪ੍ਰੈਗਨੈਂਸੀ ਦੇ ਵਿੱਚ ਫੀਮੇਲਸ ਹਾਇਰ ਰਿਸਕ 'ਤੇ ਨੇ। ਜਿਹੜੇ ਕੇਸ ਦੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਕਿਸੇ ਬੀਬੀ ਨੂੰ, ਭੈਣ ਨੂੰ ਉਹ ਸ਼ਿਕਾਇਤ ਹੋ ਜਾਂਦੀ ਹੈ ਨਾ ਸ਼ੱਕਰ ਰੋਗ ਦੀ, ਹਾਂਜੀ, ਉੱਥੇ ਬੱਚੇ ਨੂੰ ਕਿੰਨਾ ਕੁ ਰਿਸਕ ਹੈ? ਬੱਚੇ ਨੂੰ ਉੱਥੇ ਕਾਫੀ ਹੱਦ ਤੱਕ ਰਿਸਕ ਆ। ਉੱਥੇ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਬੱਚਾ ਜਿਹੜਾ ਆ ਉਹ ਜੇ ਤੁਸੀਂ ਨਾ ਟ੍ਰੀਟ ਕੀਤਾ ਨਾ ਤੇ ਇੰਨੀ ਕੰਡੀਸ਼ਨ ਸੀਰੀਅਸ ਹੋ ਸਕਦੀ ਆ ਕਿ ਤੁਹਾਡੀ ਪ੍ਰੈਗਨੈਂਸੀ, ਅਸੀਂ ਕਹਿੰਦੇ ਕਿ ਬੱਚਾ ਸਰਵਾਈਵ ਨਹੀਂ ਕਰੂਗਾ, ਇਹ ਅਨਫੋਰਚੁਨੇਟ ਆ। ਦੂਜੀ ਗੱਲ ਇਹ ਹੈ ਕਿ ਬੱਚੇ ਦਾ ਜਿਹੜਾ ਵੇਟ ਆ ਉਹ ਵੇਟ
ਟੂ ਮੱਚ ਹੋ ਜਾਂਦਾ ਕਿਉਂਕਿ ਬੱਚਾ ਜਿਹੜਾ ਉਹ ਜੇ ਤੁਸੀਂ ਨਹੀਂ ਯੂਟੀਲਾਈਜ਼ ਕਰ ਰਹੇ ਤਾਂ ਬੱਚੇ ਦੇ ਔਰਗਨਸ ਵੀ ਠੀਕ ਤਰੀਕੇ ਨਾਲ ਫੰਕਸ਼ਨ ਨਹੀਂ ਕਰ ਸਕਦੇ ਅਤੇ ਤੀਸਰਾ ਜਿਹੜਾ ਉਹ ਇਹਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਕਿ ਜੇ ਤੁਸੀਂ ਬੱਚਾ ਜਿਹੜਾ ਆ ਉਹਦੀ ਡਿਵੈਲਪਮੈਂਟ ਦੇ ਵਿੱਚ ਚੇਂਜਸ ਹੋ ਸਕਦੀਆਂ ਨੇ ਜਦੋਂ ਬੱਚਾ ਜੰਮ ਜਾਂਦਾ ਤਾਂ ਮੋਸਟ ਆਫ ਦ ਟਾਈਮਸ ਕਈ ਵਾਰੀ ਬੱਚਿਆਂ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਟਾਈਪ 1 ਡਾਇਬਟੀਜ਼ ਦੀ ਜਿਹੜੀ ਕਿ ਛੋਟੇ ਬੱਚਿਆਂ 'ਚ ਪਾਈ ਜਾਂਦੀ ਆ ਉਹ ਬੱਚੇ ਫਿਰ ਕਈ ਵਾਰੀ ਜੰਮਦੇ ਉਹਨਾਂ ਨੂੰ ਡਾਇਬਟੀਜ਼ ਹੁੰਦੀ ਹੈ ਸੋ ਡਾਇਬੈਟਿਕ ਬੱਚਾ ਹੀ ਜੰਮੂਗਾ ਹਾਂ ਫਿਰ ਉਹ ਚਾਂਸ ਬਣਦਾ ਬਿਲਕੁਲ ਚਾਂਸ ਬਣ ਜਾਂਦੇ ਨੇ ਉਸ ਹਾਲਤ ਦੇ ਵਿੱਚ ਮੈਂ ਆਪਣੇ ਸੁਣਨ ਵਾਲੀਆਂ ਭੈਣਾਂ ਨੂੰ ਜ਼ਰੂਰ ਇਹ ਜਿਹੜੇ ਸਾਡੇ ਵਿਊਅਰ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਨਾ ਸਾਡਾ ਸਿਸਟਮ ਸੀ ਕਿ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਪਿੰਨੀਆਂ ਖਾ ਲਓ ਜਾਂ ਤੁਸੀਂ ਇਹ ਤੁਸੀਂ ਦੂਸਰੀਆਂ ਚੀਜ਼ਾਂ ਖਾਓ ਤੁਸੀਂ ਜ਼ਰੂਰ ਖਾਓ ਪਰ ਮਿੱਠੇ ਦਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਡਾਇਬਟੀਜ਼ ਆ ਰਹੀ ਆ ਅਤੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਸੈਗਮੈਂਟ 'ਚ ਗੱਲ ਕੀਤੀ ਕਿ ਅਸੀਂ ਤਾਂ ਵੈਸੇ ਹੀ ਹਾਈ ਰਿਸਕ 'ਤੇ ਹਾਂ ਨੈਚੁਰਲੀ ਸੋ ਸਾਡੇ ਸਾਨੂੰ ਲਿਮਿਟ ਕਰਨਾ ਚਾਹੀਦਾ ਕਈ ਵਾਰੀ ਮੈਂ ਨਾ ਆਪਣਿਆਂ ਰੋਜ਼ ਡੀਲ ਕਰਦੀ ਹਾਂ ਬਹੁਤ ਸਾਰੇ ਪੇਸ਼ੈਂਟਸ ਦੇ ਨਾਲ ਇਸ ਤਰ੍ਹਾਂ ਲੱਗਦਾ ਕਿ ਜਦੋਂ ਪ੍ਰੈਗਨੈਂਟ ਹੋ ਜਾਂਦੀ ਨਾ ਲੇਡੀਜ਼ ਉਹਨਾਂ ਨੂੰ ਇਸ ਤਰ੍ਹਾਂ ਹੁਣ ਪਹਿਲਾਂ ਬਹੁਤ ਮੇਨਟੇਨੈਂਸ ਆ ਬਾਡੀ ਦੀ ਜਦੋਂ ਪ੍ਰੈਗਨੈਂਸੀ ਹੁੰਦੀ ਵੇਟ 'ਤੇ ਕੋਈ ਕੰਟਰੋਲ ਨਹੀਂ ਕਰਦੇ ਫਿਰ ਜੋ ਵੀ ਉਹਨਾਂ ਦਾ ਖਾਣਾ ਇਹ ਇਸ ਟਾਈਮ ਦੇ ਉੱਤੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੀਆਂ ਜਿਹੜੀਆਂ ਵਿਮੈਨ ਨੇ ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਬਹੁਤ ਰੱਖਣਾ ਚਾਹੀਦਾ ਕਿਉਂਕਿ ਵੇਟ ਅਸੀਂ ਕੰਟਰੋਲ ਕਰਾਂਗੇ ਅਤੇ ਡਾਇਬਟੀਜ਼ ਵੀ ਅੰਡਰ ਕੰਟਰੋਲ ਹੋਊਗੀ ਸਹੀ ਤਰੀਕੇ ਦੇ ਨਾਲ ਖਾਣਾ ਖਾਓਗੇ ਤਾਂ ਆਪਣਾ ਜਿਹੜਾ ਬੱਚਾ ਹੈ ਉਹਨੂੰ ਰਿਸਕ ਘੱਟ ਆ ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਮੋੜ ਕੇ 45 ਡਿਗਰੀ ਤੋਂ ਟਰਾਲੇ ਨੂੰ ਘੁਮਾ ਦਿੰਦੇ ਬਲਾਈਂਡ ਸਪੌਟ ਵਾਲੇ ਪਾਸਿਓਂ ਲੈਂਦੇ ਪੰਗਾ 53 ਫੁੱਟੇ ਨੂੰ ਸਵਾਰ ਕੇ ਬੈਕ ਲਗਾ ਦਿੰਦੇ ਲੋੜ ਹੈ ਮਿਹਨਤੀ ਡਰਾਈਵਰ ਵੀਰਾਂ ਦੀ ਜੋ ਕੈਨੇਡਾ ਤੇ US ਦੀਆਂ ਲੇਨਾਂ ਤੇ ਟਰੱਕ ਚਲਾ ਸਕਣ ਜੇਕਰ ਤੁਸੀਂ ਚੰਗੇ ਮੰਥਲੀ ਮਾਈਲਸ ਚਾਹੁੰਦੇ ਹੋ ਨਵੇਂ ਡਰਾਈਵਰ ਹੋ ਜਾਂ ਐਕਸਪੀਰੀਅੰਸ ਓਨਰ ਆਪਰੇਟਰ ਤਾਂ ਅੱਜ ਹੀ ਸਾਨੂੰ ਸੰਪਰਕ ਕਰੋ ਬਾਈ ਮਿੰਟੂ ਬਰਾੜ ਨੂੰ ਅੱਜ ਹੀ ਫੋਨ ਕਰੋ ਸਾਡਾ ਫੋਨ ਨੰਬਰ ਹੈ 204-898-4378 ਤੁਹਾਡੀ ਚੰਗੀ ਆਮਦਨ ਹੈ ਸਾਡਾ ਵਾਅਦਾ SX ਫ੍ਰੇਟਵੇ ਵਿਨੀਪੈਗ ਹਰ ਵੇਲੇ ਤੁਹਾਡੇ ਨਾਲ ਪ੍ਰੋਫੈਸ਼ਨਲ ਕੁਆਲਿਟੀਜ਼ ਦੇ ਸ਼ੇਡਸ ਤੇ ਬਲਾਈਂਡਸ ਲੈ ਕੇ ਤੁਹਾਡੇ ਸ਼ਹਿਰ ਪਹੁੰਚ ਚੁੱਕਿਆ ਹੈ MK ਵਿੰਡੋ ਕਵਰਿੰਗ ਸਾਡੇ ਸ਼ੇਡਸ ਤੇ ਵਿੰਡੋਜ਼ ਦੀਆਂ ਇੰਸਟਾਲੇਸ਼ਨਸ ਕੰਪਲੀਟਲੀ ਕਸਟਮਾਈਜ਼ੇਬਲ ਨੇ ਕੋਟ ਲੈਣ ਵਾਸਤੇ ਸਾਨੂੰ ਅੱਜ ਹੀ ਸੰਪਰਕ ਕਰੋ 9094-5990 ਤੇ 9054-975990 ਤੇ ਸਾਡਾ ਐਡਰੈਸ ਨੋਟ ਕਰ ਲਓ ਯੂਨਿਟ ਨੰਬਰ 3 ਬਿਲਡਿੰਗ ਨੰਬਰ 240 ਕਲੀਅਰੈਂਸ ਸਟ੍ਰੀਟ ਬ੍ਰੈਂਪਟਨ ਓਨਟਾਰੀਓ ਤੇ ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ mkwindowcovering.com ਹਾਂਜੀ ਸਾਡੇ ਨਾਲ ਸੰਪਰਕ ਕਰੋ ਪ੍ਰਾਈਡ ਟਰੱਕ ਸੇਲਸ ਲਾਰਜੈਸਟ ਟਰੱਕ ਇਨਵੈਂਟਰੀ ਇਨ ਕੈਨੇਡਾ ਜਿੱਥੇ ਹਰ ਤਰ੍ਹਾਂ ਦੇ ਟਰੱਕ ਤੇ ਉਹਨਾਂ ਦੇ ਮਾਡਲ ਸੇਲ ਕੀਤੇ ਜਾਂਦੇ ਹਨ ਪ੍ਰਾਈਡ ਟਰੱਕ ਸੇਲਸ ਆਪਣੇ ਗ੍ਰਾਹਕਾਂ ਨੂੰ ਟਰੱਕ ਲੋਨ ਟ੍ਰੇਲਰ ਲੋਨ ਤੇ ਕੰਸਟਰਕਸ਼ਨ ਇਕੁਇਪਮੈਂਟ ਫਾਈਨੈਂਸ ਵੀ ਮੁਹੱਈਆ ਕਰਾਉਂਦਾ ਹੈ ਅੱਜ ਹੀ 500 ਓਕ ਪੁਆਇੰਟ ਹਾਈਵੇ ਵਿਨੀਪੈਗ ਆਓ ਤੇ ਆਪਣੇ ਪਸੰਦ ਦਾ ਟਰੱਕ ਲੈ ਕੇ ਜਾਓ ਜਸਪ੍ਰੀਤ ਲਾਡੀ ਨੂੰ ਕਾਲ ਕਰੋ 204-795-5865 ਤੇ ਵਾਧੂ ਜਾਣਕਾਰੀ ਲਈ ਕਾਲ ਕਰੋ 204-202-3131 ਤੇ ਜਾਂ ਵਿਜ਼ਿਟ ਕਰੋ www.pridetrucksales.com ਤੇ ਪ੍ਰਾਈਡ ਟਰੱਕ ਸੇਲਸ ਵਿਨੀਪੈਗ ਸ਼ਹਿਰ ਦਾ ਤੁਹਾਡਾ ਆਪਣਾ ਪ੍ਰਾਈਡ ਟੱਚ ਸਨੋ ਨੂੰ ਕਰਕੇ ਆਈ ਹਵਾ ਚੀਰਦੀ ਜਾਵੇ ਕਰਕੇ ਪਰਾਲੀ ਕੱਠੀ ਲਾਈ ਧੂਣੀ ਚੇਤੇ ਆਵੇ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵੀਰ ਰਾਜਾ ਤੁਸੀਂ ਦੇਖ ਰਹੇ ਹੋ ਵਿਨੀਪੈਗ ਹਲਚਲ ਕੀਪ ਵਾਚਿੰਗ ਐਂਡ ਕੀਪ ਸਪੋਰਟਿੰਗ ਜੇ ਤੁਸੀਂ ਮੋਰਗੇਜ ਦੀ ਭਾਲ ਵਿੱਚ ਹੋ ਪਰਚੇਸ ਰੀਫਾਈਨਾਂਸਿੰਗ ਜਾਂ ਇਕੁਇਟੀ ਟੇਕ ਆਊਟ ਫਰਸਟ ਸੈਕਿੰਡ ਮੋਰਗੇਜ ਲਾਈਨ ਆਫ ਕ੍ਰੈਡਿਟ ਜਾਂ ਪ੍ਰਾਈਵੇਟ ਫੰਡਸ ਬੈਡ ਕ੍ਰੈਡਿਟ ਹੋਵੇ ਸੈਲਫ ਇੰਪਲੋਇਡ ਔਰ ਨਿਊ ਟੂ ਕੈਨੇਡਾ ਤੁਸੀਂ ਸਤਨਾਮ ਸਿੰਘ ਨੂੰ ਮੋਰਗੇਜ ਬ੍ਰੋਕਰ ਨੂੰ ਕੰਟੈਕਟ ਕਰ ਸਕਦੇ ਹੋ 647-284-1313 647-284-1313 ਦੇਖੋ ਅਨਫਾਰਚੂਨੇਟਲੀ ਮੰਨ ਲਓ ਕਿਸੇ ਘਰੇ ਡਾਇਬੈਟਿਕ ਬੱਚਾ ਪੈਦਾ ਹੋ ਗਿਆ ਮਤਲਬ ਉਹ ਹੋ ਗਿਆ ਅਨਫਾਰਚੂਨੇਟ ਤਾਂ ਉਹਨਾਂ ਪਰਿਵਾਰਾਂ ਲਈ ਕੀ ਸਲਾਹ ਹੈ ਹਾਂਜੀ ਉਹਨਾਂ ਪਰਿਵਾਰਾਂ ਦੇ ਲਈ ਦੇਖੋ ਅਸੀਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ ਕਿਉਂਕਿ ਬੱਚੇ ਦੀ ਜਿਹੜੀ ਸਿਹਤ ਆ ਉਹ ਬਹੁਤ ਜ਼ਰੂਰੀ ਆ ਇੱਦਾਂ ਨਹੀਂ ਕਹਿ ਸਕਦੇ ਇੱਕ ਨਾ ਬੜੀ ਇੰਟਰਸਟਿੰਗ ਬਾਈ ਜੀ ਗੱਲ ਆ ਅਸੀਂ ਬਹੁਤ ਸਾਰੀਆਂ ਗੱਲਾਂ ਰੱਬ ਤੇ ਛੱਡਦੇ ਹਾਂ ਜੀ ਅਸੀਂ ਕਹਿੰਦੇ ਗੋਡਸ ਵੇਲੇ ਆ ਸਾਡੇ ਘਰੇ ਜੀ ਇਹ ਬੱਚਾ ਹੋ ਗਿਆ ਪਰਮਾਤਮਾ ਨੇ ਸ਼ਾਇਦ ਸਾਡੇ ਤੇ ਕਿਰਪਾ ਹੀ ਨਹੀਂ ਸੀ ਕਰਨਾ ਜੋ ਲਿਖਿਆ ਸੀ ਹੋ ਗਿਆ ਇਹ ਗੱਲ ਸੀ ਇਹ ਅਸੀਂ ਹੁਣ ਅੱਜ ਇਸ ਟੌਪਿਕ ਤੇ ਗੱਲ ਕਰਕੇ ਅੱਜ ਅਸੀਂ ਇਹ ਧਾਰਨਾ ਆਪਣੇ ਲੋਕਾਂ ਦੇ ਦਿਮਾਗਾਂ ਚੋਂ ਕੱਢਣਾ ਚਾਹੁੰਦੇ ਹਾਂ ਪਰਮਾਤਮਾ ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਕਿ ਤੁਹਾਨੂੰ ਬੱਚਾ ਦਿੱਤਾ ਜੀ ਕੰਡੀਸ਼ਨ ਹੁਣ ਦੇਖੋ
ਕੰਡੀਸ਼ਨ ਕਈ ਹੋ ਸਕਦੀਆਂ ਨੇ, ਅਸੀਂ ਮਾਂ ਨੂੰ ਵੀ ਨਹੀਂ ਦੋਸ਼ ਦੇ ਸਕਦੇ, ਅਸੀਂ ਜੈਨੇਟਿਕ ਫੈਕਟਰਸ ਨੂੰ ਨਹੀਂ ਦੋਸ਼ ਦੇ ਸਕਦੇ, ਅਸੀਂ ਇੱਥੇ ਇਹ ਨਹੀਂ ਕਹਿ ਸਕਦੇ ਕਿ ਇਹਦੀ ਮਦਰ ਨੇ ਹੀ ਇਸ ਤਰ੍ਹਾਂ ਕੀਤਾ ਹੋਊਗਾ ਜਾਂ ਉਹਨੇ ਆਪਣੇ ਖਾਣੇ ਦਾ ਧਿਆਨ ਨਹੀਂ ਰੱਖਿਆ ਤਾਂ ਹੋ ਗਿਆ ਜਾਂ ਜਿਸ ਤਰ੍ਹਾਂ ਵੀ ਮਰਜ਼ੀ। ਹੁਣ ਇਸ ਟਾਈਮ 'ਤੇ ਹੋ ਗਿਆ ਨਾ ਬੱਚਾ, ਹੁਣ ਇਸ ਟਾਈਮ 'ਤੇ ਧਿਆਨ ਤਾਂ ਕਰਨਾ ਬੜਾ ਜ਼ਰੂਰੀ ਆ। ਦੇਖੋ ਆਪਣੇ ਕੋਲ ਜਦੋਂ ਅਸੀਂ ਇੱਥੋਂ ਇੱਥੇ ਆਪਣੇ ਕੰਮ ਕਰਦੇ ਹਾਂ ਆਪਣੀ ਫੀਲਡ ਦੇ ਵਿੱਚ, ਸਾਡੇ ਕੋਲ ਸਪੈਸ਼ਲਿਸਟ ਐਂਡੋਕ੍ਰਾਈਨੋਲੋਜਿਸਟ ਨੇ, ਸਿਰਫ ਪੀਡੀਆਟ੍ਰਿਕ ਜਿਹੜੇ ਸਿਰਫ ਬੱਚਿਆਂ ਦੇ ਨਾਲ ਡੀਲ ਕਰਦੇ ਨੇ। ਦੇਖੋ ਇੰਨੀ ਇੰਟਰਸਟਿੰਗ ਆ ਅਤੇ ਇੰਨਾ ਇਹੋ ਦੇਸ਼ ਤਰੱਕੀ 'ਤੇ ਆ ਕਿ ਫ੍ਰੀ ਮੈਡੀਕੇਸ਼ਨ ਪ੍ਰੋਵਾਈਡ ਕਰਦੇ ਨੇ ਛੋਟੇ ਬੱਚਿਆਂ ਨੂੰ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਜਿਹੜੇ ਸਾਨੂੰ ਇੰਸੂਲਿਨ ਪੈਨ ਵਗੈਰਾ ਯੂਜ਼ ਕਰਨੇ ਪੈਂਦੇ ਨੇ, ਇੰਸੂਲਿਨ ਪੰਪਸ ਯੂਜ਼ ਕਰਨੇ ਪੈਂਦੇ, ਸਾਰੀਆਂ ਸਪਲਾਈਆਂ ਪੇ ਕਰ ਰਿਹਾ ਮੈਨੀਟੋਬਾ ਹੈਲਥ, ਅਤੇ ਅਸੀਂ ਟੈਕਸ ਦੇ ਰਹੇ ਹਾਂ। ਅਸੀਂ ਟੈਕਸ ਦੇ ਰਹੇ ਹਾਂ, ਚਲੋ ਠੀਕ ਹੈ ਅਸੀਂ ਟੈਕਸ ਦੇ, ਪਰ ਹੈਲਪ ਕਰ ਰਹੇ ਨੇ ਜੇ ਤੁਸੀਂ ਕਹਿੰਦੇ ਹੋ। ਫਿਰ ਜਿਹੜੇ ਸਾਡੇ ਕੋਲ ਡਾਇਬੈਟਿਕ ਐਜੂਕੇਟਰਸ ਨੇ, ਨਰਸਿਸ ਨੇ ਜਿਹੜੀਆਂ ਹੈਲਪ ਕਰਦੀਆਂ ਨੇ ਪੇਰੈਂਟਸ ਨੂੰ ਸਿਖਾਉਣ ਦੇ ਲਈ, ਛੋਟੇ ਬੱਚਿਆਂ ਨੂੰ ਸਿਖਾਉਣ ਦੇ ਲਈ, ਬੱਚੇ ਜਿਹੜੇ ਕੈਰੀ ਕਰਦੇ ਨੇ ਆਪਣੇ ਨਾਲ ਜਿਹੜੇ ਵੀ ਡਿਵਾਈਸਿਸ ਉਹਨਾਂ ਨੂੰ ਦਿੰਦੇ ਨੇ, ਕਈ ਵਾਰੀ ਇੰਸੂਲਿਨ ਆਪਣੇ ਸ਼ੂਗਰ ਦੇ ਲੈਵਲ ਚੈੱਕ ਕਰਨੇ ਪੈਂਦੇ ਨੇ, ਉਹ ਅਸੀਂ ਗੱਲ ਕਰਾਂਗੇ ਕਿੱਥੇ ਕਿੱਥੇ ਲੈਵਲਸ ਹੋਣੇ ਚਾਹੀਦੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜੇ ਬੱਚਿਆਂ ਦੇ ਵਿੱਚ ਆਪਣਾ ਬਾਈ ਜੀ ਜਿਹੜੀ ਸ਼ੂਗਰ ਹੈ ਨਾ ਜਦੋਂ ਹੁੰਦੀ ਆ, ਅਸੀਂ ਅਨਫੋਰਚੁਨੇਟਲੀ ਇੰਜੈਕਸ਼ਨ ਲਾਉਣੇ ਪੈਂਦੇ, ਦਵਾਈਆਂ ਅਸੀਂ ਬਹੁਤ ਨਹੀਂ ਦਿੰਦੇ ਬੱਚਿਆਂ ਨੂੰ, ਬੱਚਿਆਂ ਨੂੰ ਅਸੀਂ ਦਵਾਈਆਂ ਨਹੀਂ ਦੇ ਸਕਦੇ ਕਿਉਂਕਿ ਜਿਹੜਾ ਜੈਨੈਟਿਕ ਫੈਕਟਰ ਕਹਿੰਦੇ ਨਾ ਅਸੀਂ ਟਾਈਪ 1 ਡਾਇਬਟੀਜ਼ ਬੱਚਿਆਂ ਦੇ ਵਿੱਚ ਆ, 10 ਤੋਂ ਲੈ ਕੇ 20% ਕੇਸਿਸ ਨਾ ਜਿਹੜੇ ਉਹ ਜਿਹੜੀ ਉਹਦੀ ਜਿਹੜੀ ਪਰਸੈਂਟੇਜ ਆ ਉਹਦੇ ਵਿੱਚ ਡਾਇਬਟੀਜ਼ ਆ ਜਿਹੜੀ ਉਹ ਬੱਚਿਆਂ ਦੇ ਵਿੱਚ ਹੀ ਪਾਈ ਜਾਂਦੀ ਆ, 80 ਤੋਂ ਲੈ ਕੇ ਜਿਹੜੇ ਬਾਕੀ 90% ਕੇਸਿਸ ਨੇ ਉਹ ਅਡਲਟ ਦੇ ਵਿੱਚ ਆ। ਟਾਈਪ 2 ਜ਼ਿਆਦਾ ਕਾਮਨ ਆ, ਬੱਚਿਆਂ ਦੇ ਵਿੱਚ ਵੀ ਡਾਇਬਟੀਜ਼ ਹੈਗੀ ਪਰ ਇੰਨੀ ਕਾਮਨ ਨਹੀਂ ਹੈਗੀ। ਬੱਚਿਆਂ 'ਚ ਕਿਹੜੀ ਟਾਈਪ ਜ਼ਿਆਦਾ? ਟਾਈਪ 1 ਜ਼ਿਆਦਾ ਤੇ ਅਡਲਟਸ ਦੇ ਵਿੱਚ? ਅਡਲਟਸ ਦੇ ਵਿੱਚ ਟਾਈਪ 2 ਜ਼ਿਆਦਾ। 35 ਸਾਲ ਦੀ ਉਮਰ ਦਾ ਆਪਾਂ ਮੰਨਦੇ ਹਾਂ ਇਹਦੇ ਵਿੱਚ, 35 ਸਾਲ ਦੀ ਜਿਹੜੀ ਉਮਰ ਆ ਨਾ, 35 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਤੋਂ ਬਾਅਦ ਜਿਹੜੀ ਉਹ ਟਾਈਪ 2 ਹੀ ਆ। ਨੋਰਮਲੀ ਜਦੋਂ ਅਸੀਂ ਛੋਟੇ ਬੱਚੇ ਦੇ ਵਿੱਚ ਦੇਖਦੇ ਹਾਂ ਤਾਂ ਉਹ ਟਾਈਪ 1 ਆ। ਇੱਕ ਗੱਲ ਜਿਹੜੀ ਅਸੀਂ ਐਸੀ ਸੈਗਮੈਂਟ ਦੇ ਵਿੱਚ ਇੱਕ ਇੰਟਰਸਟਿੰਗ ਫੈਕਟਰ ਹੈ, ਜਦੋਂ ਬੱਚਿਆਂ ਦੇ ਵਿੱਚ ਡਾਇਬਟੀਜ਼ ਹੋ ਰਹੀ ਹੈ ਨਾ ਉਹ ਆਟੋਇਮਿਊਨ ਡਿਜ਼ੀਜ਼ ਆ। ਆਟੋਇਮਿਊਨ ਦਾ ਮਤਲਬ ਇਹ ਆ ਕਿ ਬੋਡੀ ਆਪਣੀ ਦੁਸ਼ਮਣ ਖੋਦਿਆ ਜੀ। ਜਿਹੜੇ ਅਸੀਂ ਗੱਲ ਕੀਤੀ ਸੀ ਜਿਸ ਤਰ੍ਹਾਂ ਸੈਗਮੈਂਟ ਤੇ ਪਹਿਲਾਂ ਕਿ ਜਿਹੜੀ ਸਾਡਾ ਪੈਨਕ੍ਰੀਆਜ਼ ਆ ਉਹ ਰਿਲੀਜ਼, ਉਹਦੇ ਵਿੱਚੋਂ ਇਨਸੂਲਿਨ ਨੇ ਰਿਲੀਜ਼ ਹੋਣਾ, ਉਹਦੇ ਵਿੱਚ ਜਿਹੜੇ ਸੈਲਸ ਨੇ ਬੇਟਾ ਸੈਲਸ ਨੇ ਜਿਹੜੇ, ਜਦੋਂ ਛੋਟੇ ਬੱਚੇ ਦੇ ਵਿੱਚ ਇਨਸੂਲਿਨ ਆਪਾਂ ਟਾਈਪ 1 ਡਾਇਬਟੀਜ਼ ਦੀ ਗੱਲ ਕਰਦੇ ਹਾਂ, ਉਹ ਜਿਹੜੇ ਸੈਲਸ ਨੇ ਨਾ ਬਾਈ ਜੀ ਉਹ ਜਾਂ ਤਾਂ ਹੁੰਦੇ ਹੀ ਨਹੀਂ ਅਤੇ ਜਾਂ ਬੋਡੀ ਉਹਨਾਂ ਨੂੰ ਖੁਦ ਡਿਸਟਰੈਕਟ ਕਰ ਦਿੰਦੀ ਆ। ਸੋ ਇਨਸੂਲਿਨ ਪ੍ਰੋਡਿਊਸ ਹੀ ਨਹੀਂ ਹੁੰਦੀ। ਜਦੋਂ ਇਨਸੂਲਿਨ ਪ੍ਰੋਡਿਊਸ ਹੀ ਨਹੀਂ ਹੋ ਰਹੀ ਫਿਰ ਬੋਡੀ ਅਸੀਂ ਕੁਛ ਵੀ ਨਹੀਂ ਕਰ ਸਕਦੇ। ਅਸੀਂ ਜਿਸ ਤਰ੍ਹਾਂ ਟਾਈਪ 2 ਡਾਇਬਟੀਜ਼ ਦੇ ਵਿੱਚ ਅਸੀਂ ਦਵਾਈਆਂ ਦਿੰਦੇ ਹਾਂ ਤਾਂ ਕਿ ਜਿਹੜੇ ਪੈਨਕ੍ਰੀਏਟਿਕ ਸੈਲਸ ਨੇ ਉਹ ਰਿਲੀਜ਼ ਕਰ ਸਕਣ, ਜੇ ਥੋੜ੍ਹੇ ਵੀ ਨੇ ਤਾਂ ਰਿਲੀਜ਼ ਕਰਨ ਇਨਸੂਲਿਨ। ਪਰ ਟਾਈਪ 1 ਦੇ ਵਿੱਚ ਉਹ ਸੈਲਸ ਹੀ ਨਹੀਂ, ਆਟੋਇਮਿਊਨ ਡਿਜ਼ੀਜ਼ ਹੋਣ ਕਰਕੇ ਉਸ ਹਾਲਤ ਦੇ ਵਿੱਚ ਇੰਜੈਕਸ਼ਨ ਜਿਹੜੇ ਹੈਗੇ ਨੇ ਉਹ ਛੋਟੇ ਬੱਚਿਆਂ ਦੇ ਵਿੱਚ ਬਹੁਤ ਕਾਮਨ। ਡਾਕਟਰ ਹਰਜੋਤ, ਤੁਸੀਂ ਜਿਵੇਂ ਦੱਸਿਆ ਵੀ ਬੱਚਿਆਂ ਨੂੰ ਅਨਫਾਰਚੁਨੇਟਲੀ ਜੰਮਦਿਆਂ ਨੂੰ ਹੀ ਡਾਇਬਟੀਜ਼ ਹੋ ਸਕਦੀ ਆ ਨਾ, ਜਿਹੜੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਬਿਮਾਰ ਬੱਚਾ ਪੈਦਾ ਹੋ ਗਿਆ, ਉਹ ਤੁਸੀਂ ਦੱਸਿਆ ਵੀ ਉਹਦੀ ਟ੍ਰੀਟਮੈਂਟ ਕਿਵੇਂ ਕਰਨੀ ਹੈ, ਸਾਨੂੰ ਇੰਜੈਕਸ਼ਨ ਲਾਉਣੇ ਪੈਂਦੇ ਆ, ਕੀ ਡਾਇਬਟੀਜ਼ ਦਾ ਇਲਾਜ ਹੋ ਸਕਦਾ ਹੈ ਜਾਂ ਸਾਰੀ ਉਮਰ ਡਾਇਬਟੀਜ਼ ਰਹੂਗੀ ਅਤੇ ਉਹਨੂੰ ਸਿਰਫ ਮੈਨੇਜ ਹੀ ਕਰ ਸਕਦੇ ਹੋ? ਬਹੁਤ ਸੋਹਣਾ ਤੁਸੀਂ ਇਹ ਕੁਐਸਚਨ ਪੁੱਛਿਆ, ਬਿਕਾਜ਼ ਇੱਕ ਇੱਕ ਬਾਈ ਜੀ ਧਾਰਨਾ ਪਤਾ ਕੀ ਆ ਕਿ ਮੈਨੂੰ ਇਹ ਦਵਾਈ ਲੱਗ ਜਾਣੀ ਆ। ਇੱਕ ਸਾਡੀ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਦੀ ਪ੍ਰੋਬਲਮ ਆ ਕਿ ਅਸੀਂ ਕੋਈ ਮੈਡੀਕੇਸ਼ਨ ਬਾਰੇ ਗੱਲ ਕਰੀਏ ਨਾ, ਮੈਂ ਵੀ ਆਪਣੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਵਾਈ ਜਿਹੜੀ ਹੈਗੀ ਆ ਜਾਂ ਜਿਹੜੀ ਮੈਡੀਕੇਸ਼ਨ ਦੀ ਗੱਲ ਅਸੀਂ ਕਰ ਰਹੇ ਹਾਂ, ਦੇਖੋ ਇਸ ਡਿਜ਼ੀਜ਼ ਨੇ ਇੱਕ ਦਿਨ ਦੇ ਵਿੱਚ ਵੀ ਤੁਹਾਨੂੰ ਕੁਛ ਨਹੀਂ ਕਰ ਦੇਣਾ। ਹੁਣ ਦੇਖੋ ਬੱਚੇ ਨੂੰ ਜੰਮਦੇ ਨੂੰ ਹੋ ਗਈ ਨਾ ਵਿਦ ਟਾਈਮ ਇੰਨੇ ਤੋਂ ਇੰਨੇ ਜੇ ਤੁਸੀਂ ਨਹੀਂ ਕੰਟਰੋਲ ਕੀਤੀ, ਲੈਟ ਸੇ ਹੁਣ ਤੁਸੀਂ ਡਿਨਾਇਲ ਦੇ ਵਿੱਚੋਂ ਗੋਡ ਦੀ ਵਿਲ 'ਤੇ ਹੋ ਕਿ ਪਰਮਾਤਮਾ ਨੇ ਕਰ ਦਿੱਤਾ ਅਤੇ ਟ੍ਰੀਟਮੈਂਟ ਨਹੀਂ ਸ਼ੁਰੂ ਕੀਤੀ, ਤਾਂ ਬਾਈ ਜੀ ਇੰਨੇ ਬੱਚੇ ਦੀਆਂ ਕਿਡਨੀਜ਼ ਨੂੰ ਇਫੈਕਟ ਕਰਨ ਲੱਗ ਪੈਣਾ। ਹੁਣ ਸਾਡੇ ਕੋਲ ਜੇ ਤੁਸੀਂ ਡਿਪਾਰਟਮੈਂਟ ਨੈਫਰੋਲੋਜੀ 'ਚ ਜਾਓ ਅਤੇ ਆਪਣੇ ਕੋਲ ਡਾਇਲਸਿਸ 'ਤੇ ਬਹੁਤ ਪੇਸ਼ੈਂਟ ਨੇ, ਸੋ ਉਹਦੇ ਵਿੱਚ ਕਿਡਨੀਜ਼ ਇਫੈਕਟ ਹੋਣ ਲੱਗ ਪੈਂਦੀਆਂ, ਆਈਸ 'ਤੇ ਇਫੈਕਟ ਕਰਨਾ ਜਿਹਨੂੰ ਅਸੀਂ ਰਿਟੀਨੋਪੈਥੀ ਕਹਿੰਦੇ ਹਾਂ ਅੱਖਾਂ ਦੇ ਵਿੱਚ, ਫਿਰ ਇਹ ਤੁਹਾਡੇ ਬ੍ਰੇਨ ਨੂੰ ਇਫੈਕਟ ਕਰ ਸਕਦੀ ਕਿਉਂਕਿ ਸਟ੍ਰੋਕ ਹੋ ਸਕਦਾ, ਬੱਚੇ ਨੂੰ ਵੀ ਹੋ ਸਕਦਾ, ਵੱਡਿਆਂ ਨੂੰ ਵੀ ਹੋ ਸਕਦਾ ਜੇ ਨਹੀਂ ਕੰਟਰੋਲ ਕੀਤੀ ਤਾਂ, ਅਤੇ ਜੇ ਨਹੀਂ ਕੰਟਰੋਲ ਕੀਤੀ ਤਾਂ ਹਾਰਟ ਅਟੈਕ ਹੋ ਸਕਦਾ, ਅਤੇ ਜੇ ਬਿਲਕੁਲ ਹੀ ਕੰਟਰੋਲ ਨਾ ਕੀਤੀ ਤਾਂ ਫਿਰ ਪੈਰੀਫਰਲ ਨਿਊਰੋਪੈਥੀ ਹੋ ਜਾਣੀ ਆ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਨਰਵਸ ਨੇ ਨਾ ਉਹਨਾਂ ਨੇ ਫੰਕਸ਼ਨ ਕਰਨਾ ਬੰਦ ਕਰ ਦੇਣਾ, ਫਿਰ ਡਾਇਬੈਟਿਕ ਫੁੱਟ ਅਲਸਰਸ ਹੋਣ ਲੱਗ ਪੈਂਦੇ ਨੇ। ਜਿਹੜੇ ਜਿਹੜੀ ਟ੍ਰੀਟਮੈਂਟ ਆਪਸ਼ਨ ਦੇ ਵਿੱਚ ਅਸੀਂ ਕਹਿੰਦੇ ਹਾਂ ਨਾ ਕਿ ਇਹਦੇ ਇਹ ਤੁਹਾਨੂੰ ਦਵਾਈ ਜਾਂ ਬੱਚਿਆਂ ਦੇ ਵਿੱਚ ਅਸੀਂ ਜਿਹੜੇ ਇੰਜੈਕਸ਼ਨ ਨੇ ਇਹ ਲਾਉਣੇ ਹੀ ਪੈਣੇ। ਸੋ ਤਾਂ ਉਮਰ ਸਾਰੀ ਉਮਰ ਸਾਰੀ ਉਮਰ ਹੀ ਲਾਉਣੇ ਪੈਣੇ, ਇਉਂ ਵੀ ਹੋ ਸਕਦਾ ਹੈ ਕਿ ਮੈਂ 5 ਸਾਲ ਹੋ ਗਏ ਜਾਂ 10 ਸਾਲ ਹੋ ਗਏ ਟ੍ਰੀਟਮੈਂਟ ਲੈਂਦੇ ਨੂੰ ਤੇ ਹੁਣ ਮੈਂ ਡਾਇਬਟੀਜ਼ ਫ੍ਰੀ ਹੋ ਗਿਆ ਤੇ ਬਾਕੀ ਦੀ ਲਾਈਫ ਤੰਦਰੁਸਤ ਰਹੂ, ਇਹ ਹੋ ਸਕਦਾ? ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਅਸੀਂ ਜਿਸ ਤਰ੍ਹਾਂ
ਇਨਸੂਲਿਨ ਬਣਾ ਹੀ ਨਹੀਂ ਰਹੇ ਜੀ, ਤੇ ਇਨਸੂਲਿਨ ਨੇ ਚਾਬੀ ਆ ਜਿੰਨੇ ਗਲੂਕੋਜ਼ ਨੂੰ ਟਰਾਂਸਪੋਰਟ ਕਰਨਾ, ਉਹ ਚਾਬੀ ਹੈ ਨਹੀਂ ਹੁਣ, ਉਹਦਾ ਦੇਣੀ ਪਊਗੀ, ਸਾਰੀ ਉਮਰ ਇੰਜੈਕਸ਼ਨ ਲਾਉਣੇ ਪੈਣਗੇ। ਵੱਡਿਆਂ ਦੇ ਕੇਸ ਦੇ ਵਿੱਚ ਜਿੱਥੇ ਅਸੀਂ ਟਾਈਪ 2 ਡਾਇਬਟੀਜ਼ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਅਸੀਂ ਮੋਸਟ ਆਫ ਦਾ ਟਾਈਮ ਦਵਾਈਆਂ ਦਿੰਦੇ ਹਾਂ ਪੇਸ਼ੈਂਟਸ ਨੂੰ, ਬੜਾ ਇੰਟਰਸਟਿੰਗ ਫੈਕਟ ਆ, ਦਵਾਈ ਤਾਂ ਖਾਣੀ ਪੈਣੀ ਆ, ਪਰ ਜੇ ਤੁਸੀਂ ਜਿਹੜਾ ਰਿਸਕ ਫੈਕਟਰ ਆ ਉਹਨੂੰ ਘਟਾਉਣ ਦੇ ਲਈ, ਹੁਣ ਤੁਸੀਂ ਦੇਖੋ ਕਈ ਵਾਰੀ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਜਾਂ ਅਸੀਂ ਕਿਤੇ ਵੀ ਜਾਈਏ, ਅਸੀਂ ਬਹੁਤ ਘੱਟ ਆਪਣਾ ਕੰਟਰੋਲ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਕਿਸੇ ਫੰਕਸ਼ਨ 'ਤੇ ਵੀ ਜਾਈਏ ਨਾ, ਅਤੇ ਅਸੀਂ ਡਾਇਬਟੀਜ਼ ਹੋਵੇ ਤਾਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਕੀ ਫਰਕ ਪੈਂਦਾ, ਜੇ ਮੈਂ ਇੱਕ ਰਸਗੁੱਲਾ ਜਾਂ ਗੁਲਾਬ ਜਾਮਣ ਖਾ ਲਈ ਕੀ ਫਰਕ ਪੈ ਜਾਣਾ। ਪਰ ਇਹ ਵਿਦ ਟਾਈਮ ਪ੍ਰੋਗਰੈਸ ਦੇ ਹਿਸਾਬ ਦੇ ਨਾਲ ਜੇ ਡਾਇਬਟੀਜ਼ ਦਾ ਥੋੜ੍ਹਾ ਜਿਹਾ ਕੰਟਰੋਲ ਰੱਖਿਆ ਜਾਵੇ ਤਾਂ ਕਈ ਵਾਰੀ ਆਪਣਾ ਇੱਕ ਬਾਡੀ ਵਾਰਨਿੰਗ ਸਾਈਨ ਦਿੰਦੀ ਹੈ। ਜਦੋਂ ਅਸੀਂ ਥੋੜ੍ਹਾ ਜਿਹਾ ਸੈਗਮੈਂਟ 'ਚ ਅੱਗੇ ਜਾ ਗੱਲ ਕਰਾਂਗੇ ਕਿੱਥੇ ਕਿੱਥੇ ਸਟੈਂਡ ਕਰਦੀਆਂ ਵੈਲਿਊਜ਼। ਇੱਕ ਕੰਡੀਸ਼ਨ ਹੈ ਜਿੱਥੇ ਬਾਡੀ ਨੂੰ ਅਜੇ ਤੱਕ ਕੰਪਲੀਟਲੀ ਡਾਇਬੈਟਿਕ ਨਹੀਂ, ਟਾਈਪ 1 ਤਾਂ ਡਿਫਰੈਂਟ ਹੈ, ਉਹ ਅਸੀਂ ਸੈਗਮੈਂਟ ਦੇ ਵਿੱਚ ਕਾਫੀ ਗੱਲ ਕਰ ਲਈ ਕਿ ਉਸ ਹਾਲਤ ਵਿੱਚ ਆਟੋਇਮਿਊਨ ਹੈ ਡਿਜ਼ੀਜ਼, ਬਾਡੀ ਦੇ ਵਿੱਚ ਸੈਲਸ ਨਹੀਂ ਪ੍ਰੋਡਿਊਸ ਕਰ ਰਹੇ, ਉੱਥੇ ਸਾਡਾ ਜ਼ੋਰ ਘੱਟ ਲੱਗ ਰਿਹਾ। ਪਰ ਜਦੋਂ ਟਾਈਪ 2 ਆ ਜਿਹੜੀ 35 ਸਾਲ ਦੀ ਉਮਰ ਤੋਂ ਬਾਅਦ ਹੋ ਰਹੀ ਆ, ਉਹਦੇ ਵਿੱਚ ਜੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਮੈਂ ਆਪਣੀ ਡਾਇਟ 'ਤੇ ਕੰਟਰੋਲ ਕਰਨਾ, ਮੈਂ ਐਕਸਰਸਾਈਜ਼ ਰੈਗੂਲਰਲੀ ਕਰਨੀ ਆ, ਮੈਂ ਬਿਲਕੁਲ ਵੀ ਸ਼ੂਗਰ ਦੇ ਜਿਹੜੇ ਲੋ ਗਲਾਈਸੀਮਿਕ ਇੰਡੈਕਸ ਫੂਡ ਵਾਲੇ ਫੂਡ ਜਿਹਨਾਂ ਦੇ ਵਿੱਚ ਸ਼ੂਗਰ ਦਾ ਮਕਦਾਰ ਘੱਟ ਆ ਉਹ ਖਾਣਾ ਆ, ਅਤੇ ਜਿਹੜੀਆਂ ਮੈਂ ਦਵਾਈਆਂ ਨੇ ਜਾਂ ਜਿਹੜੀਆਂ ਵੀ ਮੈਨੂੰ ਡਾਕਟਰ ਨੇ ਦਿੱਤੀਆਂ ਨੇ ਜਿਹੜੀ ਉਹ ਮੈਂ ਖਾਵਾਂ, ਅਤੇ ਜਿਹੜੀ ਇੱਕ ਵਾਰਨਿੰਗ ਸਾਈਨ ਆਪਾਂ ਕਿਹਾ ਨਾ ਕਿ ਪ੍ਰੀ ਡਾਇਬੈਟਿਕ ਕੰਡੀਸ਼ਨ, ਉੱਥੇ ਡਾਕਟਰ ਤੁਹਾਨੂੰ ਵਾਰਨ ਕਰਦਾ ਹੋਣ ਵਾਲੀ ਆ। ਬਸ ਇਹਦੇ ਵਿੱਚ ਇੱਦਾਂ ਹੈ ਕਿ ਜੇ ਤੁਹਾਡੀਆਂ ਜਦੋਂ ਤੁਸੀਂ ਚੈੱਕ ਕਰਦੇ ਹੋ ਨਾ ਸ਼ੂਗਰ, ਜੇ ਤੁਹਾਡੀ ਸ਼ੂਗਰ ਘਰੇ ਚੈੱਕ ਕਰਨ ਲੱਗਿਆ, ਜੇ ਤੁਸੀਂ ਮੇਰੇ ਕੋਲ ਫਾਰਮੇਸੀ 'ਚ ਆਓ ਤਾਂ ਮੈਂ ਵੀ ਤੁਹਾਡੀ ਸ਼ੂਗਰ ਚੈੱਕ ਕਰ ਸਕਦੀ ਹਾਂ। ਜੇ ਆਪਾਂ ਰੈਂਡਮ ਸ਼ੂਗਰ 11 ਤੋਂ ਉੱਪਰ ਕਹਿੰਦੇ ਹਾਂ ਨਾ, ਅਤੇ ਉਸ ਟਾਈਮ ਦੇ ਉੱਤੇ ਅਸੀਂ ਪੇਸ਼ੈਂਟ ਨੂੰ ਇਹ ਕਹਿ ਦਿੰਦੇ ਹਾਂ ਵੀ ਤੁਸੀਂ ਆਪਣੇ ਡਾਕਟਰ ਨੂੰ ਮਿਲੋ। ਇਸ ਤਰ੍ਹਾਂ ਆ, ਉਹ ਹੋ ਸਕਦਾ ਕਿ ਤੁਹਾਡੀ ਰੈਂਡਮ ਮਤਲਬ ਕਿ ਤੁਸੀਂ ਕੁਛ ਵੀ ਖਾਧਾ ਹੋਵੇ ਤਾਂ ਤੁਸੀਂ ਆਓ ਵੀ ਹਰਜੋਤ ਮੇਰੀ ਸ਼ੂਗਰ ਚੈੱਕ ਕਰ ਦੇ, ਅਤੇ ਜੇ ਮੈਂ ਤੁਹਾਡੀ ਵੈਲਿਊ 11 ਤੋਂ ਉੱਪਰ ਦੇਖਦੀ ਹਾਂ। ਇੱਕ ਗੱਲ ਮੈਂ ਆਪਣੇ ਵਿਊਅਰਸ ਨੂੰ ਜ਼ਰੂਰ ਕਹਿਣਾ ਚਾਹੁੰਦੀ ਹਾਂ, ਇੰਡੀਆ ਦੇ ਸਟੈਂਡਰਡ ਅਤੇ ਕੈਨੇਡਾ ਦੇ ਸਟੈਂਡਰਡ ਡਿਫਰੈਂਟ ਨੇ। ਇੰਡੀਆ ਦੇ ਵਿੱਚ ਅਸੀਂ ਸ਼ੂਗਰ ਦੀ ਜਿਹੜੀ ਕੰਸੈਂਟਰੇਸ਼ਨ ਬਾਡੀ ਦੇ ਵਿੱਚ ਚੈੱਕ ਕਰਦੇ ਹਾਂ ਉਹ ਅਸੀਂ ਮਿਲੀਗ੍ਰਾਮ ਪਰ ਡੈਸੀਲੀਟਰ ਦੇ ਹਿਸਾਬ ਦੇ ਨਾਲ ਦੇਖਦੇ ਹਾਂ। ਸੋ ਜਿਹੜੀਆਂ ਵੈਲਿਊਜ਼ ਆਪਣੇ ਇੰਡੀਆ ਵਾਲੇ ਪੇਸ਼ੈਂਟ ਕਹਿੰਦੇ ਨੇ 150, 160 ਇੱਥੇ ਦੱਸਦੇ ਨੇ। ਜਦੋਂ ਅਸੀਂ ਕੈਨੇਡਾ ਚੈੱਕ ਕਰਦੇ ਹਾਂ ਅਸੀਂ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਮਿਲੀਮੋਲ ਪਰ ਲੀਟਰ ਦੇ ਹਿਸਾਬ ਨਾਲ ਚੈੱਕ ਕਰਦੇ ਹਾਂ। ਸੋ ਅਸੀਂ ਵੈਲਿਊਜ਼ ਕਹਿੰਦੇ ਹਾਂ 10। ਹੁਣ ਜੇ ਕੈਨੇਡਾ ਦੀ 10 ਆ ਨਾ ਬਾਈ ਜੀ, ਇੰਡੀਆ ਦੇ ਨਾਲ ਇਹ ਫੈਕਟਰ 18 ਦੇ ਨਾਲ ਮਲਟੀਪਲਾਈ ਹੋਣਾ, ਇੰਡੀਆ ਦੇ ਹਿਸਾਬ ਨਾਲ 180 ਆ, 180 ਤਾਂ ਬਹੁਤ ਹੋ ਗਈ ਸ਼ੂਗਰ, 120, 130 ਦੇ ਨੇੜੇ ਤੇੜੇ ਸ਼ੂਗਰ ਚਾਹੀਦੀ ਜੇ ਆਪਾਂ ਜਿਹੜੇ ਮੈਨੂੰ ਪਤਾ ਨਾ, ਬਿਕੋਜ਼ ਅਸੀਂ ਬਹੁਤ ਵਾਰੀ ਇੱਦਾਂ ਦੇ ਪੇਸ਼ੈਂਟ ਦੇਖਦੇ ਹਾਂ ਜਿਹੜੇ ਕਹਿੰਦੇ ਆ ਜੀ ਉਹ ਕੈਨੇਡਾ ਦੀਆਂ ਮਸ਼ੀਨਾਂ ਹੀ ਡਿਫਰੈਂਟ ਨੇ ਜੀ। ਮਸ਼ੀਨਾਂ ਡਿਫਰੈਂਟ ਨਹੀਂ, ਸਿਰਫ ਵੈਲਿਊ ਬਲੱਡ ਦੇ ਵਿੱਚ ਚੈੱਕ ਕਰਨ ਦੀ ਯੂਨਿਟਸ ਡਿਫਰੈਂਟ ਨੇ। ਸੋ ਜੇ ਇਹ ਗੱਲ ਹੋ ਜਾਵੇ ਤੁਹਾਡੀ ਵੈਲਿਊ ਜਿਹੜੀ ਤੁਸੀਂ ਉਸ ਹਾਲਤ ਦੇ ਵਿੱਚ ਜੇ ਤੁਸੀਂ ਪ੍ਰੀ ਡਾਇਬੈਟਿਕ ਕੰਡੀਸ਼ਨ ਦੇ ਹੋ ਜਾਓ, ਅਤੇ ਉਸ ਹਾਲਤ ਦੇ ਵਿੱਚ ਹੁਣ ਦੇਖੋ ਤੁਹਾਨੂੰ ਕੌਸ਼ਨ ਬਾਡੀ ਕਈ ਵਾਰੀ, ਹੁਣ ਦੇਖੋ ਕੈਂਸਰ ਆ ਕੋਈ ਵਾਰਨਿੰਗ ਸਾਈਨ ਨਹੀਂ, ਜਿਹੜੀਆਂ ਡਿਜ਼ੀਜ਼ ਨੇ ਕਿਸੇ ਨੂੰ ਕਿਡਨੀ ਫੇਲਰ ਹੋ ਰਹੀ ਆ ਬਹੁਤ ਘੱਟ ਵਾਰਨਿੰਗ ਸਾਈਨਸ ਨੇ। ਦੇਖੋ ਡਾਇਬਟੀਜ਼ ਪਰਮਾਤਮਾ ਨੇ ਇਸ ਤਰ੍ਹਾਂ ਦਿੱਤਾ ਕਿ ਪ੍ਰੀ ਡਾਇਬੈਟਿਕ ਕੰਡੀਸ਼ਨ ਆ ਹੁਣ ਇਸ ਟਾਈਮ 'ਤੇ, ਤੁਸੀਂ ਰਿਸਕ ਫੈਕਟਰ ਤੁਹਾਡੇ ਕੋਲ ਹੈਗੇ ਨੇ, ਹੋ ਸਕਦੀ ਆ ਹੋਈ ਨਹੀਂ, ਉਸ ਹਾਲਤ ਦੇ ਵਿੱਚ ਪਰਹੇਜ਼ ਕਰੋ ਤਾਂ ਦਵਾਈ ਦੀ ਜ਼ਰੂਰਤ ਨਹੀਂ ਪੈਣੀ। ਇੱਕ ਗੱਲ ਇਹ ਦੱਸੋ, ਆਮ ਤੌਰ 'ਤੇ ਅਸੀਂ ਸ਼ੂਗਰ ਚੈੱਕ ਕਰਵਾਉਣ ਜਾਂਦੇ ਹਾਂ, ਫਾਰਮੇਸੀ ਚਲੇ ਗਏ, ਡਾਕਟਰ ਕੋਲ ਚਲੇ ਗਏ, ਹਾਂਜੀ ਜ਼ਿਆਦਾ ਆ ਗਈ ਸ਼ੂਗਰ, ਹਾਂਜੀ ਸਾਨੂੰ ਲੱਗਦਾ ਵੀ ਮੈਂ ਘਰੋਂ ਸ਼ਾਇਦ ਰਸਗੁੱਲਾ ਖਾ ਕੇ ਗਿਆ ਸੀ ਜਾਂ ਮਿੱਠੇ ਵਾਲੀ ਚਾਹ ਪੀ ਕੇ ਗਿਆ ਸੀ ਜਾਂ ਮੈਂ ਰਾਤ ਖੀਰ ਖਾਧੀ ਸੀ, ਇਹ ਤਾਂ ਵੱਧ ਆਈ ਆ ਪਰ ਉਹ ਮੈਂ ਠੀਕ ਹੈ। ਹਾਂਜੀ ਹਾਂਜੀ, ਇਹ ਹੁਣ ਦੇਖੋ ਜੇ ਤੁਸੀਂ ਅਸੀਂ ਜਦੋਂ ਵੀ ਨਾ ਸ਼ੂਗਰ ਦੇ ਲੈਵਲ ਚੈੱਕ ਕਰਦੇ ਹਾਂ ਅਸੀਂ ਹਮੇਸ਼ਾ ਇਹ ਪੁੱਛਦੇ ਹਾਂ, ਇੱਕ ਤਾਂ ਮੈਂ ਰੈਂਡਮ ਸ਼ੂਗਰ ਲੈਵਲ ਕਿਹਾ, ਜਿਸ ਤਰ੍ਹਾਂ ਤੁਸੀਂ ਆਏ ਤੁਹਾਡੀ ਚੈੱਕ ਕੀਤੀ ਤੁਹਾਡੀ, ਤੁਸੀਂ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਬਾਈ ਜੀ ਖਾਣਾ ਕਦੋਂ ਖਾਧਾ ਸੀ ਵੀ ਮੈਂ ਖਾ ਕੇ ਆਇਆ, ਹੈ ਨਾ ਤੁਹਾਡੇ ਇਸ ਜਵਾਬ ਦੇ ਵਿੱਚ ਤੁਸੀਂ ਇੱਕ ਘੰਟਾ ਪਹਿਲਾਂ ਵੀ ਖਾਧਾ ਹੋ ਸਕਦਾ, ਤੁਸੀਂ ਅੱਧਾ ਘੰਟਾ ਪਹਿਲਾਂ ਵੀ ਖਾਧਾ ਹੋ ਸਕਦਾ, ਜਾਂ ਤੁਸੀਂ ਖਾ ਕੇ ਆਏ ਹੋ ਸਕਦੇ ਹੋ, ਪਰ ਇਹ ਜਿਹੜਾ ਟਾਈਮ ਲਿਮਿਟ ਹੈ ਉਹ ਨਹੀਂ ਤੁਸੀਂ ਮੈਨੂੰ ਦਿੱਤੀ। ਪਰ ਇੱਕ ਗੱਲ ਜਿਹੜੀ ਅਸੀਂ ਚੈੱਕ ਕਰਦੇ ਹਾਂ ਨਾ ਸ਼ੂਗਰ, ਇੱਕ ਤਾਂ ਫਾਸਟਿੰਗ ਬਲੱਡ ਸ਼ੂਗਰ ਆ, ਤੁਸੀਂ 8 ਘੰਟੇ ਕੁਛ ਨਹੀਂ ਖਾਧਾ ਤੇ ਫਾਸਟਿੰਗ ਚੈੱਕ ਕੀਤੀ, ਉਹ ਵੈਲਿਊ 4-6 ਦੇ ਵਿੱਚ ਹੋਣੀਆਂ ਚਾਹੀਦੀਆਂ ਨਿਰਣੇ ਕਾਲ 'ਚ। ਫਾਰਮੇਸੀ ਸਾਡੇ ਕੋਲ ਕਈ ਪੇਸ਼ੈਂਟ ਨੇ ਜਿਹੜੇ ਰਾਤ ਦੀ ਰੋਟੀ ਤੋਂ ਬਾਅਦ ਕੁਛ ਨਹੀਂ ਖਾਂਦੇ, ਉਹ ਸਵੇਰੇ ਪਹਿਲਾਂ ਆ ਕੇ ਚੈੱਕ ਕਰਦੇ ਨੇ। ਫਿਰ ਤੁਸੀਂ ਹੁਣ ਜੇ ਟ੍ਰੀਟਮੈਂਟ ਲੈ ਰਹੇ ਹੋ, ਕੋਈ ਦਵਾਈ ਲੈ ਰਹੇ ਹੋ, ਪਰਹੇਜ਼ ਲੈ ਰਹੇ ਹੋ 2 ਘੰਟੇ ਖਾਣੇ ਤੋਂ ਬਾਅਦ, ਉਹ ਵੈਲਿਊ 5-10 ਦੇ ਵਿੱਚ ਹੋਣੀ ਚਾਹੀਦੀ। ਜੇ ਤੁਸੀਂ 10 ਤੋਂ ਉੱਪਰ ਚਲ ਗਏ ਨਾ, ਤੇ ਉਹ ਫਿਰ ਉਹ ਵੈਲਿਊ ਵਿੱਚ ਉਹ ਤੁਹਾਡੀ ਵੈਲਿਊ ਬਹੁਤ ਟੂ ਹਾਈ ਹੋ। ਸੋ ਇਹਦਾ ਮਤਲਬ ਇਹ ਹੈ, ਮੈਂ ਉਸ ਕੁਐਸਚਨ ਨੂੰ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੁੰਦਾ ਕਿ ਜੇ ਤੁਸੀਂ ਅੱਧਾ ਘੰਟਾ ਪਹਿਲਾਂ ਮਿੱਠੇ ਵਾਲੀ ਕੋਈ ਚੀਜ਼ ਖਾਧੀ ਹੈ ਤਾਂ ਕੀ ਉਹ ਤੁਹਾਡੇ ਟੈਸਟ ਤੇ ਫਰਕ ਪਾ ਸਕਦੀ ਹੈ? ਜੇ ਤਾਂ ਤੁਸੀਂ ਇਹ ਤਾਂ ਅਸੀਂ ਸਿਰਫ ਕੁਇਕ ਟੈਸਟ ਕਰਦੇ ਹਾਂ,
ਡਾਕਟਰ ਇੱਕ ਤਾਂ ਤੁਹਾਡੀ ਫਾਸਟਿੰਗ ਪਲਾਜ਼ਮਾ ਜਿਹੜੀ ਗਲੂਕੋਜ਼ ਲੈਵਲ ਉਹ ਚੈੱਕ ਕਰ ਰਿਹਾ, ਇੱਕ ਉਹ ਤੁਹਾਡੀ ਜਿਹੜੀ ਐਚ ਇੱਕ A1C ਚੈੱਕ ਕਰ ਰਿਹਾ, ਉਹਨੂੰ HbA1c ਕਹਿੰਦੇ ਹਾਂ ਅਸੀਂ। ਦੇਖੋ ਇਹ ਬੜੀ ਬੜੀ ਤੁਸੀਂ ਬਹੁਤ ਇੰਟਰਸਟਿੰਗ ਮੈਨੂੰ ਕੁਐਸਚਨ ਪੁੱਛਿਆ, ਬਿਕੋਜ਼ ਇਹ ਧਾਰਨਾ ਬੜੀ ਪਾਈ ਜਾਂਦੀ ਹੈ ਕਿ ਮੈਂ ਰਾਤੀ ਜੀ ਚਾਹ ਪੀਤੀ ਸੀ ਤਾਂ ਡਾਕਟਰ ਨੇ ਮੈਨੂੰ, ਮੈਂ ਸਵੇਰੇ ਜੀ ਉਦੇ ਚਲ ਗਿਆ, ਮੈਂ ਫਾਸਟਿੰਗ ਨਹੀਂ ਸੀ ਕੀਤੀ। ਪਰ ਜਦੋਂ ਤੁਸੀਂ ਬਲੱਡ ਰਿਪੋਰਟ ਚੈੱਕ ਕੀਤੀ ਤਾਂ ਤੁਸੀਂ A1c ਚੈੱਕ ਕੀਤੀ। ਦੇਖੋ ਜਿਹੜਾ ਸਾਡਾ ਬਲੱਡ ਆ ਨਾ ਉਹਦੇ ਵਿੱਚ ਇੱਕ ਪ੍ਰੋਟੀਨ ਆ, ਉਹਨੂੰ ਆਪਾਂ ਹੀਮੋਗਲੋਬਿਨ ਕਹਿੰਦੇ ਹਾਂ। ਜਿਹੜਾ ਗਲੂਕੋਜ਼ ਆ ਉਹ ਹੀਮੋਗਲੋਬਿਨ ਦੇ ਨਾਲ ਬਾਇੰਡ ਹੋ ਜਾਂਦਾ। ਉਹ ਬਾਇੰਡ ਹੋਣ ਤੋਂ ਬਾਅਦ ਜਿਹੜਾ ਉਹ 3 ਮਹੀਨੇ ਦਾ ਜਿਹੜਾ ਜਿਹੜੀ A1c ਦੀ ਵੈਲਿਊ ਡਾਕਟਰ ਚੈੱਕ ਕਰ ਰਿਹਾ ਉਹ ਅੱਜ ਦੀ ਵੈਲਿਊ ਨਹੀਂ ਚੈੱਕ ਕਰ ਰਿਹਾ, ਉਹ ਪਿਛਲੇ 3 ਮਹੀਨਿਆਂ 'ਚ ਤੁਹਾਡਾ ਸ਼ੂਗਰ ਕਿੱਥੇ ਰਹਿ ਰਿਹਾ ਉਹ ਵੈਲਿਊ ਚੈੱਕ ਕਰ ਰਿਹਾ। ਤੇ ਐਵਰੇਜ ਆਊਟ ਕਰਦੇ ਹੋ? ਐਵਰੇਜ ਆਊਟ ਕਰ ਰਿਹਾ। ਓਕੇ, ਜੇ ਹੁਣ ਐਵਰੇਜ ਆਊਟ ਤੁਹਾਡੀ ਜਿਹੜੀ ਵੈਲਿਊ ਆ ਨਾ 6.5 ਤੋਂ ਉੱਤੇ ਆ, ਇਹਦਾ ਮਤਲਬ ਤੁਸੀਂ ਡਾਇਬੈਟਿਕ ਹੋ। 6 ਤੋਂ ਲੈ ਕੇ 6.5 ਦੇ ਵਿੱਚ ਆ ਬਾਈ ਜੀ ਨਾ ਤਾਂ ਤੁਸੀਂ ਪ੍ਰੀ ਡਾਇਬੈਟਿਕ ਹੋ, ਹੁਣ ਤੁਹਾਡੇ ਕੋਲ ਚਾਂਸਸ ਹੈਗੇ ਬਚਣ ਦੇ। ਪਰ ਜੇ ਤੁਸੀਂ 6.5 ਤੋਂ ਉੱਪਰ ਚੱਲ ਗਿਆ ਨਾ, ਕੈਨੇਡੀਅਨ ਡਾਇਬੈਟਿਕ ਜਿਹੜੀ ਐਸੋਸੀਏਸ਼ਨ ਹੈ ਗਾਈਡਲਾਈਨਸ ਬਹੁਤ ਉਹਨਾਂ ਨੇ ਕੰਸਟ੍ਰਿਕਟਡ ਕਰ ਦਿੱਤੀਆਂ ਨੇ। ਪਹਿਲਾਂ ਬਈ ਬੜੀ ਖੁੱਲ੍ਹੀ ਛੁੱਟੀ ਦਿੰਦੇ ਸੀ ਕਿ ਜਿੰਨੀ ਮਰਜ਼ੀ ਵੈਲੀ ਵੀ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ, ਹੁਣ ਵਿਦ ਟਾਈਮ ਉਹਨਾਂ ਨੇ ਕਹਿਤਾ ਵੀ ਜੇ ਤੁਹਾਡੀ 6.5 ਤੋਂ ਉੱਪਰ ਜਾ ਰਹੀ ਹੈ ਤਾਂ ਦਵਾਈ ਜਿਹੜੀ ਹੈਗੀ ਆ ਉਹ ਸ਼ੁਰੂ ਕਰਨੀ ਜ਼ਰੂਰੀ ਆ। ਜੇ 6.5 ਦੇ ਵਿੱਚ ਆ ਤਾਂ ਫਿਰ ਤੁਸੀਂ ਪਰਹੇਜ਼ ਕਰ ਸਕਦੇ ਹੋ, ਡਾਇਟ ਐਕਸਰਸਾਈਜ਼ ਇਹਦੇ 'ਤੇ ਕੰਟਰੋਲ ਕਰੋ, ਸੀ ਏ ਡਾਈਟੀਸ਼ੀਅਨ ਸੀ ਯੋਰ ਫਾਰਮਾਸਿਸਟ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਖਾਣੇ ਦੇ ਉੱਤੇ ਕੰਟਰੋਲ ਕਰੋ ਜਾਂ ਐਕਸਰਸਾਈਜ਼ ਕਰੋ, ਉੱਥੇ ਠੀਕ ਆ। ਪਰ ਜਦੋਂ ਤੁਸੀਂ ਤੁਹਾਡੀ A1c ਦੀ ਵੈਲਿਊ ਇੱਕ ਸਰਟਨ ਟਾਈਮ ਪੀਰੀਅਡ ਤੋਂ ਬਾਅਦ ਚਲੀ ਜਾਂਦੀ ਹੈ, ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜਿਹੜਾ ਅੰਕੜਾ ਆ ਗਿਆ ਨਾ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਿਹਦਾ ਤੁਸੀਂ ਕਿਹਾ ਨਾ ਐਵਰੇਜ ਆਊਟ ਕੀਤਾ, ਉਸ ਹਾਲਤ ਦੇ ਵਿੱਚ ਫਿਰ ਦਵਾਈ ਸ਼ੁਰੂ ਕਰਨੀ ਬਹੁਤ ਜ਼ਰੂਰੀ ਆ। ਤੁਸੀਂ ਦੇਖੋ ਇੱਕ ਗੱਲ ਤੁਸੀਂ ਕੀਤੀ ਹੈ, ਅੰਕੜਿਆਂ ਦੀ ਗੱਲ ਕੀਤੀ ਹੈ ਨਾ ਕਿ ਹਰ 3 ਬੰਦੇ ਨੂੰ ਡਾਇਬੀਟੀਜ਼ ਆ। ਹਾਂਜੀ, ਹੁਣ ਮੰਨ ਲਓ ਮੈਂ ਤੰਦਰੁਸਤ ਹਾਂ, ਮੈਨੂੰ ਨਾ ਕਿਸੇ ਕਿਸਮ ਦੀ ਸ਼ਿਕਾਇਤ ਹੈ, ਨਾ ਮੈਨੂੰ ਡਾਇਬੀਟੀਜ਼ ਹੈ, ਨਾ ਮੈਨੂੰ ਪਤਾ ਹੈ, ਜ਼ਿੰਦਗੀ ਦੇ ਕਿਸ ਮੋੜ 'ਤੇ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ 20 ਸਾਲ ਦੀ ਉਮਰ 'ਚ, 25 ਸਾਲ ਦੀ ਉਮਰ 'ਚ, 55 ਸਾਲ ਦੀ ਉਮਰ 'ਚ ਵੀ ਭਾਈ ਮੇਰਾ ਚੈੱਕ ਕਰੋ ਵੀ ਕਿਤੇ ਮੈਨੂੰ ਸ਼ੂਗਰ ਹੋਵੇ ਨਾ, ਸਿੰਪਟਮ ਕੋਈ ਨਹੀਂ, ਉਹ ਕਿਹੜੀ ਉਮਰ ਹੈ? ਜਦੋਂ ਦੇਖੋ ਬੜੀ ਹੈਰਾਨੀ ਦੀ ਗੱਲ ਹੈ, ਕਈ ਵਾਰੀ ਰੈਂਡਮ ਬਲੱਡ ਸ਼ੂਗਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਨਾ ਕਿ 4 ਤੋਂ 6 ਜਾਂ 5 ਤੋਂ 10 ਦੇ ਵਿੱਚ ਹੋਣੀ ਚਾਹੀਦੀ ਹੈ, ਕਈ ਵਾਰੀ ਮੈਂ ਪੇਸ਼ੈਂਟ ਵੀ ਚੈੱਕ ਕਰਦੀ ਬਾਈ ਜੀ 22-25 ਗੁਣਾ 18, ਉਹ ਤਾਂ 18 ਨਾਲ ਅਸੀਂ ਬਾਅਦ 'ਚ ਮਲਟੀਪਲਾਈ ਕਰਕੇ ਉਹਨਾਂ ਨੂੰ ਦੱਸਾਂਗੇ ਨਾ। ਹੁਣ ਦੇਖੋ ਤੁਸੀਂ ਜੇ 20 ਆ ਤੇ ਕਿੱਥੇ ਪਹੁੰਚ ਗਈ, ਕਿੱਥੇ ਸ਼ੂਗਰ ਇਸ ਟਾਈਮ ਦੇ ਉੱਤੇ 18 ਨਾਲ ਮਲਟੀਪਲਾਈ ਕਰਕੇ ਤਾਂ ਬਹੁਤ ਹਾਈ ਹੋ ਗਈ ਹੈ ਨਾ। ਉਹ ਕਹਿੰਦੇ ਨੇ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਸਿੰਪਟਮ ਨਹੀਂ ਜੀ ਮੈਨੂੰ, ਮੈਂ ਤਾਂ ਬਿਲਕੁਲ ਠੀਕ ਹਾਂ, ਪਰ ਬਾਡੀ ਸਿੰਪਟਮ ਦਿੰਦੀ ਆ। ਕਈ ਵਾਰੀ ਪੇਸ਼ੈਂਟ ਦੇ ਵਿੱਚ ਉਹਨੂੰ ਬਾਥਰੂਮ ਜ਼ਿਆਦਾ ਆਉਂਦਾ ਹੈ, ਬਾਥਰੂਮ ਜ਼ਿਆਦਾ ਆਉਂਦਾ, ਉਹਨੂੰ ਧਿਆ ਬਹੁਤ ਲੱਗਦੀ ਆ, ਥਰਸਟ ਦਾ ਹਰ ਵੇਲੇ ਪਾਣੀ ਮੰਗਦਾ ਬਾਡੀ ਵੀ ਮੈਨੂੰ, ਕਿਉਂਕਿ ਨੋਰਮਲੀ ਯੂਰਨ ਦੇ ਵਿੱਚ ਜੇ ਤੁਸੀਂ ਉਹਨਾਂ ਦਾ ਯੂਰਨ ਟੈਸਟ ਕਰਾਓ ਤਾਂ ਯੂਰਨ ਦੇ ਵਿੱਚ ਸ਼ੂਗਰ ਆਉਂਦੀ ਆ। ਜਿਹੜੇ ਦੇਖੋ ਆਪਾਂ ਆਮ ਤੌਰ 'ਤੇ ਨਾ ਕੀ ਕਰਦੇ ਹਾਂ, ਸਾਲ ਕੁ ਬਾਅਦ ਆਪਾਂ ਸਾਰਾ ਬਾਡੀ ਦਾ ਕੰਪਲੀਟ ਜਿਹੜਾ ਚੈੱਕਅਪ ਕਰਾਉਂਦੇ ਹਾਂ, ਹਾਂਜੀ, ਉਹਦੇ 'ਚ ਕੀ ਇਹ ਟਿਕ ਕਰਦੇ ਨੇ ਡਾਕਟਰ ਵੀ ਸ਼ੂਗਰ ਵੀ ਚੈੱਕ ਕਰੀਏ ਜਾਂ ਸਪੈਸ਼ਲ ਕਰਵਾਉਣੀ ਚਾਹੀਦੀ? ਤਾਂ ਦੇਖੋ ਪਹਿਲਾਂ ਵੀ ਅਸੀਂ ਗੱਲ ਕੀਤੀ ਰਿਸਕ ਫੈਕਟਰਸ ਦੀ, ਜੇ ਤੁਹਾਡੀ ਕੋਲੈਸਟਰੋਲ ਜ਼ਿਆਦਾ ਆ, ਲੈਟਸ ਸੇ ਤੁਹਾਨੂੰ ਸ਼ੂਗਰ ਨਹੀਂ ਹੈਗੀ, ਤੁਹਾਡੇ ਸਿਰਫ ਕੋਲੈਸਟਰੋਲ ਹੀ ਜ਼ਿਆਦਾ, ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਤੁਹਾਨੂੰ ਸ਼ੂਗਰ ਹਜੇ ਤੱਕ ਹੋਈ ਨਹੀਂ, ਤੁਹਾਡੇ ਜਿਹੜੇ ਰਿਸਕ ਫੈਕਟਰਸ ਬਹੁਤ ਜ਼ਿਆਦਾ ਨੇ, ਤਾਂ ਅਸੀਂ ਜਿਹੜੇ ਪੇਸ਼ੈਂਟਸ ਇਸ ਤਰ੍ਹਾਂ ਦੇ ਨੇ ਉਹਨਾਂ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਦੇ ਵਿੱਚ 6 ਤੋਂ ਲੈ ਕੇ 12 ਮਹੀਨੇ ਦਾ ਜਿਹੜਾ ਟਾਈਮ ਪੀਰੀਅਡ ਫਿਜ਼ੀਕਲ ਜਿਹੜਾ ਅਸੀਂ ਕਰ ਡਾਕਟਰ ਕਰਦੇ ਨੇ ਉਸ ਹਾਲਤ ਦੇ ਵਿੱਚ ਸ਼ੂਗਰ ਦਾ ਚੈੱਕ ਕਰਨਾ ਬਹੁਤ ਜ਼ਰੂਰੀ ਆ, ਜਦੋਂ ਰਿਸਕ ਫੈਕਟਰ ਅਵੇਲੇਬਲ ਹੈ। ਉਦੋਂ ਤਾਂ ਵੈਸੇ ਈਅਰਲੀ ਕਰਦੇ ਨੇ, ਪਰ ਫਿਰ 6 ਮਹੀਨੇ ਤੋਂ ਲੈ ਕੇ 12 ਪਹਿਲਾਂ ਵੀ ਕਰ ਸਕਦੇ ਨੇ, ਅਤੇ ਇਹ ਨੋਰਮਲੀ 99% ਕੇਸਿਸ ਦੇ ਵਿੱਚ ਜਦੋਂ ਫਿਜ਼ੀਕਲ ਕਰਦਾ ਨਾ ਡਾਕਟਰ, ਉਹ ਸ਼ੂਗਰ ਜ਼ਰੂਰ ਟਿਕ ਕਰਦਾ, ਉਹ ਚੈੱਕ ਕਰਦਾ ਕਿ ਸ਼ੂਗਰ ਦਾ ਲੈਵਲ ਕਿੱਥੇ ਹਾਈ ਆ, ਕਿਉਂਕਿ ਜੇ ਤੁਹਾਡੇ ਸ਼ੂਗਰ ਦੇ ਲੈਵਲ ਅਨਟਿਲ ਅਨਲੈਸ ਤੋਂ ਤੁਸੀਂ ਇਹ ਬਹੁਤ ਘੱਟ ਆ ਕਿ ਤੁਹਾਡੇ ਪਰਿਵਾਰ 'ਚ ਕੋਈ ਰਿਸਕ ਫੈਕਟਰ ਨਾ ਹੋਵੇ। ਹੁਣ ਅਸੀਂ ਕਈ ਵਾਰੀ ਆਪਣੇ ਪਰਿਵਾਰਾਂ 'ਚ ਗੱਲ ਕਰਦੇ ਹਾਂ, ਸਾਡੇ ਹਾਰਟ ਅਟੈਕ, ਬਲੱਡ ਪ੍ਰੈਸ਼ਰ, ਅਸੀਂ ਕਦੀ ਅੱਗੇ ਸੈਗਮੈਂਟਸ 'ਚ ਕਰਾਂਗੇ ਇਹਨਾਂ ਟੋਪਿਕਸ 'ਤੇ ਵੀ ਗੱਲ, ਪਰ ਸਾਡੀ ਕਮਿਊਨਿਟੀ ਅਸੀਂ ਬਹੁਤ ਹਾਈ ਹਾਂ, ਸਾਡੇ ਲਈ ਸਭ ਕੁਛ ਨੋਰਮਲ ਹੀ ਆ, ਸਾਡੇ ਲਈ ਤਾਂ ਵੈਲਿਊ ਜਿਸ ਤਰ੍ਹਾਂ ਅਸੀਂ ਕਿਹਾ ਨਾ ਕਿ 25 ਦੀ ਵੈਲਿਊ ਵੀ ਨੋਰਮਲ ਸ਼ੂਗਰ ਲੈਵਲ ਆ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਸੋ ਪਰ ਜਿਹੜੀ ਪ੍ਰੋਬਲਮ ਅਸੀਂ ਕਿਹਾ ਨਾ ਡਿਜ਼ੀਜ਼ ਪ੍ਰੋਗਰੈਸ਼ਨ ਦੀ, ਉੱਥੇ ਆਪਾਂ ਨੂੰ ਪ੍ਰੀਕੋਸ਼ਨ ਲੈਣੀ ਬਹੁਤ ਜ਼ਰੂਰੀ ਹੈ। ਇੱਕ ਗੱਲ ਜਿਹੜੀ ਆਪਾਂ ਕਿਹਾ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਨੂੰ ਵੇਟ ਰਿਡਿਊਸ ਹੋ ਰਿਹਾ, ਆਪਾਂ ਨੂੰ ਧਿਆ ਬਹੁਤ ਲੱਗ ਰਹੀ ਆ, ਫਿਰ ਬਾਈ ਜੀ ਕਈ ਵਾਰੀ ਪੇਸ਼ੈਂਟ ਜਿਹੜਾ ਹੈਗਾ ਉਹ ਵੀਕ ਫੀਲ ਕਰਦਾ, ਪਰ ਉਹਨੂੰ ਇਹ ਸਭ ਕੁਛ ਨੋਰਮਲ ਲੱਗਦਾ ਕਿ ਇਹ ਸਭ ਕੁਛ ਸ਼ਾਇਦ ਨੋਰਮਲ ਹੀ ਹੈ। ਸ਼ਾਇਦ ਕਈ ਵਾਰੀ ਮੈਂ ਆਪਣੇ ਵਿਜ਼ਿਟਰ ਜਿਹੜੇ ਮਦਰ ਜਾਂ ਪੇਰੈਂਟਸ ਸਾਡੇ ਡੈਡ ਜਾਂ ਮੋਮ ਇੰਡੀਆ ਤੋਂ ਆਉਂਦੇ ਨੇ, ਉਹਨਾਂ ਨੂੰ ਲੱਗਦਾ ਸ਼ਾਇਦ ਕੈਨੇਡਾ ਦਾ ਪਾਣੀ ਨਹੀਂ ਮੈਨੂੰ ਸੈੱਟ ਬੈਠਾ, ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਇੰਡੀਆ 'ਚ ਤਾਂ ਮੇਰੀ ਸ਼ੂਗਰ ਬਿਲਕੁਲ ਠੀਕ ਸੀ। ਡਾਕਟਰ ਹਰਜੋਤ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਖੀਰਲਾ ਸੁਨੇਹਾ ਜਿਹੜਾ ਸਾਡੇ ਦਰਸ਼ਕਾਂ ਲਈ ਪੁੱਛਾਂ, ਮੈਨੂੰ ਇਹ ਦੱਸੋ ਇੱਕ ਉਦਾਹਰਨ ਦੇ ਤੌਰ 'ਤੇ, ਮੰਨ ਲਓ ਮੇਰੇ ਮਾਤਾ ਪਿਤਾ ਨੇ
ਦੇਖੋ ਜੇ ਤਾਂ ਤੁਹਾਡੇ ਜਿਹੜੀ ਜਿਹੜੇ ਜੇ ਤੁਹਾਡੇ ਪੇਰੈਂਟਸ ਇਸ ਕਿ 70 ਸਾਲ ਦੇ ਨੇ ਅਤੇ ਇੰਨੇ ਹੈਲਦੀ ਨੇ ਤਾਂ ਬਹੁਤ ਇਸ ਤੁਹਾਡੇ ਤੋਂ ਖੁਸ਼ਕਿਸਮਤ ਕੋਈ ਨਹੀਂ ਕਿ ਜਿਹਨਾਂ ਦੇ ਪੇਰੈਂਟਸ ਨੂੰ ਇਹ ਪ੍ਰੋਬਲਮ ਨਾ ਹੋਵੇ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਲੱਡ ਪ੍ਰੈਸ਼ਰ ਕੋਲੈਸਟਰੋਲ ਦੀਆਂ ਵੈਲਿਊਜ਼ ਕਾਫੀ ਹਾਈ ਹੋਣ ਕਰਕੇ ਇਨਕਲੀਨੇਸ਼ਨ ਹੈਗੀ ਆ ਕਿ ਡਾਇਬਟੀਜ਼ ਹੋ ਸਕਦੀ ਹੈ। ਹੁਣ ਦੇਖੋ ਤੁਹਾਨੂੰ ਪ੍ਰੋਬਲਮ ਨਹੀਂ ਇਸ ਨਾਲ, ਇੱਦਾਂ ਨਹੀਂ ਹੋਣਾ ਚਾਹੀਦਾ ਬਾਈ ਜੀ ਕਿ ਹੁਣ ਆਪਣੇ ਆਪ ਨੂੰ ਖੁੱਲ੍ਹੀ ਛੁੱਟੀ ਦੇ ਦੇਣੀ ਆ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ, ਪਰ ਤੁਸੀਂ ਆਪਣੀ ਡਾਇਟ ਅਤੇ ਆਪਣੀ ਐਕਸਰਸਾਈਜ਼ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਰਹੇ ਹੋ, ਆਪਣੀ ਬਾਡੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਦੇਖੋ ਤੁਹਾਡਾ ਬੇਸਲ ਮੈਟਾਬੋਲਿਕ ਰੇਟ ਵਿਦ ਟਾਈਮ ਘਟਣਾ ਆ। ਬਾਡੀ ਨੇ ਜਿੰਨੀ ਤੁਸੀਂ ਇਨਪੁੱਟ ਪਾਈ ਉੰਨੀ ਬਾਡੀ ਆਊਟਪੁੱਟ ਨਹੀਂ ਕੱਢਣੀ ਵਿਦ ਟਾਈਮ। ਸੋ ਕੋਸ਼ਿਸ਼ ਜ਼ਰੂਰ ਕਰਨੀ ਕਿ ਜੇ ਤੁਹਾਡੇ ਪੇਰੈਂਟਸ ਵੀ ਠੀਕ ਠਾਕ ਨੇ, ਪਰ ਫਿਰ ਵੀ ਅਸੀਂ, ਮੈਂ ਮੇਰੀ ਰੈਕਮੈਂਡੇਸ਼ਨ ਇਹੋ ਹੀ ਆ ਕਿ ਇਹ ਅਸੀਂ ਪਰਹੇਜ਼ ਇਲਾਜ ਨਾਲੋਂ ਚੰਗਾ। ਸੋ ਕੋਸ਼ਿਸ਼ ਜ਼ਰੂਰ ਕਰਨੀ ਕਿ ਤੁਸੀਂ ਫਿਰ ਵੀ ਆਪਣੇ ਆਪ ਨੂੰ, ਹਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਵੀ ਤੁਹਾਨੂੰ ਮੈਂ ਇੰਨੀ ਰਿਸਟ੍ਰਿਕਟਡ ਡਾਇਟ 'ਤੇ ਨਹੀਂ ਕਹਿੰਦੀ ਵੀ ਤੁਸੀਂ ਬਿਲਕੁਲ ਰਿਸਟ੍ਰਿਕਟਡ ਡਾਇਟ 'ਤੇ, ਕਿਉਂਕਿ ਤੁਹਾਡੀ ਜਿਹੜੀ ਐਕਸਰਸਾਈਜ਼ ਆ, ਜੇ ਤੁਸੀਂ ਜਿਮ ਜਾਂਦੇ ਹੋ ਜਾਂ ਤੁਸੀਂ ਆਪਣੀ ਨੋਰਮਲ ਰੂਟੀਨ ਐਕਟੀਵਿਟੀ 'ਚ ਕਾਫੀ ਐਕਸਰਸਾਈਜ਼ ਕਰਦੇ ਹੋ ਤਾਂ ਤੁਸੀਂ ਬਚ ਸਕਦੇ ਹੋ, ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਹ ਨਾ ਹੋਵੇ ਵੀ ਹੁਣ ਤੁਸੀਂ ਜਿਸ ਤਰ੍ਹਾਂ ਅਸੀਂ ਪਹਿਲਾਂ ਸੈਗਮੈਂਟ 'ਚ ਗੱਲ ਕੀਤੀ ਕਿ ਤੁਸੀਂ ਡਬਲ ਡਬਲ ਸਵੇਰੇ ਪੀਓ, ਡਬਲ ਡਬਲ ਦੁਪਹਿਰ ਨੂੰ ਪੀਓ ਅਤੇ ਸ਼ਾਮ ਨੂੰ ਦੁੱਧ ਦੇ ਵਿੱਚ ਵੀ ਮਿੱਠਾ ਪਾ ਕੇ ਪੀਓ, ਫਿਰ ਅਸੀਂ ਇਹ ਸੁਜੈਸ਼ਨਸ ਨਹੀਂ ਦੇ ਸਕਦੇ। ਦੇਖੋ ਅਸੀਂ ਇਹਨੂੰ ਡਾਇਬਟੀਜ਼ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਹਾਂ ਅਤੇ ਪੰਜਾਬੀ 'ਚ ਇਹਨੂੰ ਮਤਲਬ ਆਪਾਂ ਸ਼ੱਕਰ ਰੋਗ ਕਹਿ ਦਿੰਦੇ ਹਾਂ ਨਾ, ਸ਼ੂਗਰ ਵੀ ਚਲੋ ਅੰਗਰੇਜ਼ੀ ਦਾ ਸ਼ਬਦ ਹੈ ਨਾ। ਹੁਣ ਮੈਨੂੰ ਤਿੰਨ ਸ਼ਬਦ ਮੇਰੇ ਜ਼ਿਹਨ 'ਚ ਆਉਂਦੇ ਨੇ ਇਸ ਵੇਲੇ, ਇੱਕ ਸ਼ੱਕਰ, ਇੱਕ ਖੰਡ ਜਿਹਨੂੰ ਚਿੱਟੀ ਖੰਡ ਕਹਿ ਦਿੰਦੇ ਹਾਂ, ਅਤੇ ਤੀਜਾ ਆਉਂਦਾ ਗੁੜ। ਹੁਣ ਸਾਡੇ ਇਹ ਧਾਰਨਾ ਹੈ ਕਿ ਮੈਂ ਜੇ ਚਿੱਟੀ ਖੰਡ ਖਾਊਂਗਾ ਤਾਂ ਮੈਨੂੰ ਸ਼ੂਗਰ ਹੋਊਗੀ, ਗੁੜ ਨਾਲ ਕੁਛ ਨਹੀਂ ਹੁੰਦਾ ਕਿਉਂਕਿ ਦੇਸੀ ਤੇ ਖਾਲਸ ਚੀਜ਼ ਹੈ। ਹਾਂਜੀ ਬਿਲਕੁਲ ਬਿਲਕੁਲ, ਇਹ ਬਿਲਕੁਲ ਧਾਰਨਾ ਬਹੁਤ ਗਲਤ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਮੈਂ ਗੁੜ ਜਿੰਨਾ ਮਰਜ਼ੀ ਖਾ ਲੂੰ। ਕਿਸੇ ਨੂੰ ਜਾ ਕੇ ਕਹੋ ਨਾ ਕਿ ਮੇਰੇ ਲਈ ਚਾਹ ਬਣਾਇਓ ਅਤੇ ਮਿੱਠਾ ਨਾ ਪਾਇਓ, ਉਹ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ, ਅਸੀਂ ਸ਼ੂਗਰ ਨਹੀਂ ਯੂਜ਼ ਕਰਦੇ, ਅਸੀਂ ਗੁੜ ਪਾਉਂਦੇ ਹਾਂ, ਤੁਹਾਨੂੰ ਗੁੜ ਵਾਲੀ ਚਾਹ ਬਣਾ ਕੇ ਪਿਲਾਉਂਦੇ ਹਾਂ ਜੀ। ਪਰ ਜੇ ਤੁਸੀਂ ਜਿਹੜੀ ਸ਼ੂਗਰ ਹੈ ਨਾ ਉਹ ਸ਼ੂਗਰ ਹੀ ਆ, ਚਾਹੇ ਉਹ ਗੁੜ ਦੀ ਫਾਰਮ ਦੇ ਵਿੱਚ ਆ, ਚਾਹੇ ਉਹ ਸ਼ਹਿਦ ਦੀ ਫਾਰਮ ਦੇ ਵਿੱਚ ਆ, ਚਾਹੇ ਉਹ ਚਿੱਟੀ ਖੰਡ ਦੀ ਫਾਰਮ 'ਚ ਆ। ਜਦੋਂ ਅਸੀਂ ਈਵਨ ਆਪਣੇ ਕੈਂਡੀਆਂ ਬੱਚਿਆਂ ਨੂੰ ਦਿੰਦੇ ਹਾਂ ਨਾ, ਉਹ ਵੀ ਪਿਓਰ ਸ਼ੂਗਰ ਹੀ ਆ। ਇੱਕ ਹੋਰ ਜਿਹੜੀ ਹੈ ਨਾ ਗੱਲ ਮੈਂ ਆਪਣੇ ਵਿਊਅਰਸ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਜੂਸ ਨੇ, ਜਿੱਦਾਂ ਆਪਾਂ ਨੋਰਮਲੀ ਸਾਡੇ ਜਿਹੜੇ ਯੰਗ ਬੱਚੇ ਆ ਜਿਹੜੇ ਘਰੋਂ ਆਉਂਦੇ ਨੇ, ਜੋ ਜੂਸ ਦਾ ਗਲਾਸ ਪੀ ਲਾ ਜਾਂ ਕੋਕ ਜਾਂ 7-Up, ਇਹਨਾਂ ਦੇ ਵਿੱਚ ਵੀ ਕਾਫੀ ਕੰਟੈਂਟ ਤੱਕ ਸ਼ੂਗਰ ਆ। ਸੋ ਜੇ ਧਿਆਨ ਲੱਗੇ ਤਾਂ ਪਾਣੀ ਪੀਣਾ, ਅਤੇ ਜੇ ਤੁਹਾਨੂੰ ਖੰਡ ਖਾਣੀ ਜਾਂ ਮਿੱਠਾ ਖਾਣਾ ਤਾਂ ਫਿਰ ਲਿਮਿਟ ਦੇ ਵਿੱਚ ਖਾਣਾ। ਕੈਂਡੀਆਂ ਹੋ ਗਈਆਂ, ਚੋਕਲੇਟ ਹੋ ਗਏ, ਗੁੜ ਹੋ ਗਿਆ, ਸ਼ੱਕਰ ਹੋ ਗਈ, ਚਿੱਟੀ ਖੰਡ ਹੋ ਗਈ, ਸਾਰਾ ਕੁਛ, ਸ਼ਹਿਦ ਹੋ ਗਿਆ, ਸਾਰਿਆਂ ਦੇ ਵਿੱਚ ਸ਼ੂਗਰ। ਸੋ ਜਿਹੜਾ ਈਵਨ ਜਿਹੜੇ ਫਰੂਟਸ ਨੇ, ਬਹੁਤ ਸਾਰੇ ਫਰੂਟ ਜਿਹਨਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਸੈਗਮੈਂਟ 'ਚ ਕਿਹਾ ਕਿ ਲੋ ਗਲਾਈਸੀਮਿਕ ਇੰਡੈਕਸ ਵਾਲੇ ਫਰੂਟ ਆ ਜਿਹਨਾਂ ਦੇ ਵਿੱਚ ਸਟ੍ਰੋਬੈਰੀਜ਼ ਆਉਂਦੀਆਂ ਨੇ, ਬਲੂਬੈਰੀਜ਼ ਆਉਂਦੀਆਂ ਨੇ, ਇਹ ਲੋ ਗਲਾਈਸੀਮਿਕ, ਇਹਨਾਂ ਦੇ ਵਿੱਚ ਸ਼ੂਗਰ ਕੰਟੈਂਟ ਘੱਟ ਆ। ਪਰ ਅੰਬ ਆ ਜਿਸ ਤਰ੍ਹਾਂ, ਬਨਾਨਾਜ਼ ਨੇ, ਕੇਲੇ ਆ, ਜੇ ਆਪਣੇ ਅਸੀਂ ਔਰੇਂਜਸ ਜਾਂ ਪੀਚਸ ਲਈਏ ਉਹਨਾਂ ਦੇ ਵਿੱਚ ਸ਼ੂਗਰ ਕਾਫੀ ਹੱਦ ਤੱਕ ਜ਼ਿਆਦਾ ਆ। ਇਹ ਨਹੀਂ ਕਿ ਮੈਂ ਅਸੀਂ ਆਪਣੇ ਜਿਹੜੇ ਸੁਣਨ ਵਾਲਿਆਂ ਨੂੰ ਜਾਂ ਸਾਡੇ ਦੇਖਣ ਵਾਲੇ ਵਿਊਅਰਸ ਨੂੰ ਇਹ ਕਹੀਏ ਕਿ ਹੁਣ ਤੁਸੀਂ ਫਰੂਟ ਖਾਣਾ ਹੀ ਨਹੀਂ, ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਤੁਸੀਂ ਕੈਨੇਡੀਅਨ ਜਿਹੜੀ ਡਾਇਬੈਟਿਕ ਐਸੋਸੀਏਸ਼ਨ ਦੀ ਵੈਬਸਾਈਟ ਹੈ, ਉੱਥੇ ਉਹਨਾਂ ਨੇ ਜਸਟ ਬੇਸਿਕਸ ਦੇ ਅੰਦਰ ਪੰਜਾਬੀ ਦੇ ਵਿੱਚ ਵੀ ਦਿੱਤਾ ਹੋਇਆ ਵੀ ਤੁਸੀਂ ਕਿੰਨਾ ਕਿੰਨਾ ਖਾਣਾ, ਪੋਰਸ਼ਨ ਸਾਈਜ਼, ਜੇ ਫਰੂਟ ਖਾਣਾ ਤਾਂ ਅੱਧੀ ਕੌਲੀ ਖਾਣੀ, ਅਤੇ ਜੇ ਕਿੰਨਾ ਕਿੰਨਾ ਕੁ ਤੁਸੀਂ ਖਾਣਾ, ਜਿਹੜਾ ਪੋਰਸ਼ਨ ਸਾਈਜ਼ ਜੇ ਆਪਾਂ ਰੱਖ ਕੇ ਚੱਲਾਂਗੇ ਤਾਂ ਉਹਦੇ ਨਾਲ ਅਸੀਂ ਕਾਫੀ ਹੱਦ ਤੱਕ ਸ਼ੂਗਰ 'ਤੇ ਕੰਟਰੋਲ ਰੱਖਾਂਗੇ। ਸਾਡੇ ਦਰਸ਼ਕਾਂ ਲਈ ਇਸ ਮੰਚ ਤੋਂ, ਵਿਨੀਪੈਗ ਹਲਚਲ ਟੀਵੀ ਚੈਨਲ ਦੇ ਮੰਚ ਤੋਂ, ਇਸ ਅੱਜ ਦੀ ਟਾਕ ਦਾ, ਅੱਜ ਦੀ ਗੱਲਬਾਤ ਦਾ ਫਾਈਨਲ ਸੁਨੇਹਾ ਕੀ ਦੇਣਾ ਚਾਹੋਗੇ? ਤੁਹਾਡਾ ਬਹੁਤ ਥੈਂਕ ਯੂ ਕਹਿੰਦੀ ਹਾਂ ਕਿ ਤੁਸੀਂ, ਸਾਡੀ ਜਿਹੜੀ ਟਰਮੀਨੋਲੋਜੀ ਆ ਉਹ ਮੁਸ਼ਕਲ ਹੋ ਜਾਂਦੀ ਕਈ ਵਾਰੀ ਸਰੋਤਿਆਂ ਤੱਕ ਪਹੁੰਚਣ ਦੇ ਲਈ। ਸੋ ਜੋ ਤੁਸੀਂ ਕਹਿੰਦੇ ਹੋ ਕਿ ਈਜ਼ੀ ਵੇ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੱਸ ਸਕਦੇ ਹਾਂ ਕਿ ਅਸੀਂ ਕੀ ਚੀਜ਼ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਉਹਦੇ ਵਿੱਚ ਅਸੀਂ ABCD ਕਹਿੰਦੇ ਹਾਂ, ਡਾਇਬਟੀਜ਼ ਦੀ ਜਾਂ ਸ਼ੱਕਰ ਰੋਗ ਦੀ। ਇਹ ਜਿਹੜਾ ਹੈਗਾ ਆ ਕਿ ਆਪਣਾ ਜਿਹੜਾ A1C, ਜਿਹੜਾ ਅਸੀਂ ਕਿਹਾ ਨਾ ਕਿ ਤੁਹਾਡਾ ਜਿਹੜਾ 3 ਮਹੀਨਿਆਂ ਦਾ ਸ਼ੂਗਰ ਦਾ ਲੈਵਲ ਆ ਉਹ ਚੈੱਕ ਕਰਨਾ ਜ਼ਰੂਰ, A1C ਕੰਟਰੋਲ ਦੇ ਵਿੱਚ ਰੱਖਣਾ, ਇੱਕ ਗੱਲ ਇਹੋ। B ਜਿਹੜਾ ਆ ਉਹ ਆ ਕਿ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰੱਖਣਾ, ਬਹੁਤ ਵੱਡਾ ਰਿਸਕ ਫੈਕਟਰ ਆ ਜਿਹੜਾ ਬਲੱਡ ਪ੍ਰੈਸ਼ਰ ਉਹ ਡਾਇਬਟੀਜ਼ ਨੂੰ ਕਰਨ ਦੇ ਵਿੱਚ। ਸੋ ਜੇ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਆ ਤਾਂ ਉਹ ਆ। ਜਿਹੜੀ C ਆ ਸਾਡੇ ਕੋਲ ਉਹ ਕੋਲੈਸਟਰੋਲ ਲੈਵਲਸ ਨੇ। ਹੁਣ ਇਹ ਗੱਲ ਮੈਂ ਜ਼ਰੂਰ ਕਹੂੰਗੀ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਸ਼ੂਗਰ ਆ ਅਤੇ ਮੈਂ ਪਕੌੜੇ ਖਾ ਸਕਦਾ, ਗੱਲ ਮੈਨੂੰ ਸ਼ੂਗਰ ਆ ਪਰ ਮੈਂ ਪਕੌੜੇ ਜਾਂ ਮੈਂ ਲੂਣ ਵਾਲੀਆਂ ਜਿੰਨੀਆਂ ਮਰਜ਼ੀ ਚੀਜ਼ਾਂ ਖਾਵਾਂ, ਲੂਣ ਨੇ ਬਲੱਡ ਪ੍ਰੈਸ਼ਰ ਨੂੰ ਇਨਕਰੀਜ਼ ਕਰਨਾ, ਲੂਣ ਅਤੇ ਪਕੌੜਿਆਂ ਨੇ ਕੋਲੈਸਟਰੋਲ ਨੂੰ ਇਨਕਰੀਜ਼ ਕਰਨਾ। ਸੋ ਲਿਮਿਟ ਕਰਨੀ, ਸੀ ਜਿਹੜਾ ਆਪਣਾ ਕੋਲੈਸਟਰੋਲ 'ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਆ। ਇੱਕ ਜਿਹੜੀ D ਆ ਉਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਆਪਣੀਆਂ ਜਿੰਨੀਆਂ ਡਰੱਗਸ ਨੇ ਉਹ
ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੂਗਰ ਆ ਤਾਂ ਫਿਰ ਆਪਣਾ ਜਾਂ ਹਾਰਟ ਦੀ ਕੋਈ ਕੰਡੀਸ਼ਨ ਆ ਤਾਂ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਡਾਕਟਰ ਐਡ ਅਪਾਨ ਕਰਦੇ ਨੇ। ਇੱਕ ਜਿਹੜੀ ਅਸੀਂ ਹੋਰ ਗੱਲ ਕਹਿਣਾ ਚਾਹੁੰਦੀ ਹਾਂ, ਸਮੋਕਿੰਗ ਸਿਸੇਸ਼ਨ, ਜਿਹੜੀ ਸਮੋਕ ਕਰਨਾ ਉਹਨੂੰ ਘਟਾਉਣਾ ਚਾਹੀਦਾ, ਕਿਉਂਕਿ ਜਿਹੜੇ ਸਿਗਰਟ ਸਮੋਕ ਕਰਦੇ ਹੋ, ਹੁਣ ਤਾਂ ਕੈਨਾਬਸ ਵੀ ਲੀਗਲ ਹੋ ਗਿਆ ਮੈਨੀਟੋਬਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਸੋ ਉਹਦਾ ਯੂਜ਼ ਜਿਹੜਾ ਹੈਗਾ ਆ ਉਹ ਵੀ ਡਾਇਬਟੀਜ਼ ਨੂੰ ਸੱਦਾ ਦਿੰਦਾ। ਅਤੇ ਬਾਕੀ ਜਿਹੜੀ ਗੱਲ ਰਹਿ ਗਈ ਐਕਸਰਸਾਈਜ਼ ਦੀ, ਉਹ ਤੁਸੀਂ ਜ਼ਰੂਰ ਕਰਨੀ ਤਾਂ ਕਿ ਜਿਸ ਹੱਦ ਤੱਕ ਅਸੀਂ ਡਾਇਬਟੀਜ਼ ਨੂੰ ਪ੍ਰਿਵੈਂਟ ਕਰ ਸਕੀਏ। ਅਤੇ ਅਲਕੋਹਲ ਇਨਟੇਕ, ਇੱਕ ਗੱਲ ਅਸੀਂ ਇਸ ਸੈਗਮੈਂਟ ਦੇ ਵਿੱਚ ਜ਼ਰੂਰ ਕਹਿੰਦੇ ਹਾਂ ਕਿ ਜਿਹੜੀ ਸ਼ਰਾਬ ਆ ਜਾਂ ਜਿਹੜੀ ਅਲਕੋਹਲ ਦਾ ਸੇਵਨ ਆ ਉਹਦੇ ਨਾਲ ਜਿਹੜੀ ਗਲੂਕੋਜ਼ ਦੀ ਯੂਟੀਲਾਈਜੇਸ਼ਨ ਆ ਬੋਡੀ 'ਚੋਂ ਕਾਫੀ ਹੱਦ ਤੱਕ ਘੱਟ ਜਾਂਦੀ ਆ। ਸੋ ਟੋਟਲ ਜਿਹੜਾ ਏ ਬੀ ਸੀ ਡੀ ਤੱਕ ਤਾਂ ਅਸੀਂ ਡਰੱਗ ਤੱਕ ਰਹੇ, ਅਤੇ ਥੋੜ੍ਹੀਆਂ ਜਿਹੀਆਂ ਹੋਰ ਚੀਜ਼ਾਂ ਜਿਹੜੀਆਂ ਅਸੀਂ ਐਡ ਅਪਾਨ ਕਰੀਏ ਤਾਂ ਅਸੀਂ ਇਸ ਡਿਜ਼ੀਜ਼, ਦੇਖੋ ਇਸ ਡਿਜ਼ੀਜ਼ ਨੇ ਸਾਨੂੰ 15-20 ਸਾਲਾਂ 'ਚ ਮਰਨਾ ਆ, ਇੱਦਾਂ ਸੋਚ ਲਓ ਜੀ। ਜੇ ਆਪਾਂ ਹੁਣ ਸਾਡੇ ਕੋਲ ਪੇਸ਼ੈਂਟ ਨੇ ਜਿਹੜੇ 87 ਸਾਲਾਂ ਦੇ ਨੇ, 90 ਸਾਲਾਂ ਦੇ, ਪਰ ਡਾਇਬਟੀਜ਼ ਅੰਡਰ ਕੰਟਰੋਲ ਆ। ਸੋ ਕੋਸ਼ਿਸ਼ ਇਹ ਕਰਨੀ ਆ ਅਸੀਂ ਉੱਥੇ ਤੱਕ ਪਹੁੰਚਣਾ ਤਾਂ ਕਿ ਅਸੀਂ ਆਪਣੀ ਇੱਕ ਆਪਣੀ ਜ਼ਿੰਦਗੀ ਸੋਹਣੀ ਅਤੇ ਸੁਚੱਜੀ ਜੀਣ ਦੇ ਨਾਲ ਨਾਲ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਆ ਉਹ ਵਧੀਆ ਬਣਾਉਣੀ ਆ। ਸੋ ਇਹੀ ਸਾਡਾ ਸੁਨੇਹਾ ਆ। ਤੁਸੀਂ ਮੈਨੂੰ ਕਦੀ ਵੀ ਕੰਟੈਕਟ ਕਰ ਸਕਦੇ ਹੋ, ਅਸੀਂ ਬਾਈ ਜੀ ਦੇ ਨਾਲ ਇਸ ਮੰਚ 'ਤੇ ਕਾਫੀ ਗੱਲਾਂ ਕੀਤੀਆਂ, ਪਰ ਤੁਸੀਂ ਮੈਨੂੰ ਜੇ ਤੁਹਾਨੂੰ ਕੋਈ ਪਰਸਨਲ ਕੁਐਸਚਨ ਹੈ ਤੁਸੀਂ ਮੈਨੂੰ 204-999-7746 ਮੇਰਾ ਪਰਸਨਲ ਸੈੱਲ ਆ, 204-999-7746 ਇੱਥੇ ਕਾਲ ਕਰ ਸਕਦੇ ਹੋ। ਮੈਂ ਹਾਰਬਰ ਵਿਊ ਫਾਰਮੇਸੀ ਦੇ ਵਿੱਚ ਹਾਂ। ਸੈਕਿੰਡ ਲੋਕੇਸ਼ਨ ਅਸੀਂ ਹੁਣ ਇਸ ਟਾਈਮ ਦੇ ਉੱਤੇ ਵਾਟਰਫੋਰਡ ਗ੍ਰੀਨ ਦੇ ਵਿੱਚ ਖੋਲ੍ਹ ਰਹੇ ਹਾਂ। ਜਨਵਰੀ 15 ਤੱਕ ਕੋਸ਼ਿਸ਼ ਕਰਾਂਗੀ ਕਿ ਉੱਥੇ ਹੋਊਂਗੀ ਮੈਂ। ਮੈਂ ਆਪਣੇ ਵਿਊਅਰਸ ਨੂੰ ਕਹਿਣਾ ਚਾਹੁੰਦੀ ਹਾਂ, ਉੱਥੇ ਅਸੀਂ ਟੋਟਲ ਰੀਹੈਬਲੀਟੇਸ਼ਨ ਸੈਂਟਰ ਨਾਲ ਲੈ ਕੇ ਆ ਰਹੇ ਹਾਂ ਬਾਈ ਜੀ। ਉਹਦੇ ਵਿੱਚ ਫਿਜ਼ੀਓਥੈਰਾਪਿਸਟ ਹੋਣਗੇ, ਅਥਲੈਟਿਕ ਥੈਰਾਪਿਸਟ ਹੋਣਗੇ, ਡਾਕਟਰਸ ਹੋਣਗੇ, ਮੈਂ ਆਪ ਫਾਰਮਾਸਿਸਟ ਦੇ ਤੌਰ 'ਤੇ ਕੰਮ ਕਰੂੰਗੀ, ਐਂਡ ਡਾਇਟੀਸ਼ੀਅਨਸ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹੀ ਜਿਹੜੀ ਰੂਫ ਦੇ ਥੱਲੇ ਅਸੀਂ ਸਾਰੀਆਂ ਸਰਵਿਸਿਜ਼ ਆਪਣੇ ਆਪਣੀ ਕਮਿਊਨਿਟੀ ਨੂੰ ਜਾਂ ਇਨ ਹੋਲ ਸਮ ਉਸ ਏਰੀਏ ਨੂੰ ਪ੍ਰੋਵਾਈਡ ਕਰ ਸਕੀਏ। ਉੱਥੇ ਵੀ ਅਸੀਂ ਬਲੱਡ ਸ਼ੂਗਰ ਚੈੱਕ ਕਰਾਂਗੇ ਬਿਨਾਂ ਕੋਸਟ ਤੋਂ। ਤੁਸੀਂ ਕਦੇ ਵੀ ਆ ਸਕਦੇ ਹੋ, ਆਪਣੀ ਬਲੱਡ ਸ਼ੂਗਰ ਚੈੱਕ ਕਰ ਸਕਦੇ ਹੋ, ਬਲੱਡ ਪ੍ਰੈਸ਼ਰ ਚੈੱਕ ਕਰਵਾ ਸਕਦੇ ਹੋ, ਅਤੇ ਮੈਨੂੰ ਮੇਰੇ ਨਾਲ ਜਿਹੜਾ ਵੀ ਤੁਹਾਨੂੰ ਕੋਈ ਕੁਐਸਚਨ ਹੋਵੇ, ਕੋਈ ਪਰਸਨਲ ਕੁਐਸਚਨ ਹੋਵੇ, ਤੁਸੀਂ ਨਹੀਂ ਗੱਲ ਕਰ ਸਕਦੇ ਆਪਣੇ ਡਾਕਟਰਸ ਦੇ ਨਾਲ, ਉਹ ਤੁਸੀਂ ਮੈਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਜਾਂ ਮੈਨੂੰ ਖੁਦ ਆ ਕੇ ਮਿਲ ਸਕਦੇ ਹੋ। ਡਾਕਟਰ ਹਰਜੋਤ, ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਸੋਹਣੀ ਗੱਲਬਾਤ ਕਰਨ ਲਈ, ਸਾਡੇ ਸਰੋਤਿਆਂ ਦੀ, ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ, ਅਤੇ ਇਸ ਮੰਚ ਤੋਂ ਵਿਨੀਪੈਗ ਹਲਚਲ ਟੀਵੀ ਵੱਲੋਂ ਤੁਹਾਡੀ ਨਵੀਂ ਲੋਕੇਸ਼ਨ ਲਈ ਸਾਡੀਆਂ ਸ਼ੁਭਕਾਮਨਾਵਾਂ ਕਬੂਲ ਕਰਿਓ ਜੀ। ਥੈਂਕ ਯੂ ਵੈਰੀ ਮੱਚ, ਅਤੇ ਅਸੀਂ ਬਾਈ ਜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਕਮਿਊਨਿਟੀ ਦੀ ਜਿੰਨੀ ਵੀ ਸੇਵਾ ਕਰੀਏ। ਹੁਣ ਅਸੀਂ ਮੇਪਲਸ ਏਰੀਏ ਦੇ ਵਿੱਚ ਹੋਵਾਂਗੇ, ਸੋ ਬਹੁਤ ਸਾਰੇ ਆਪਣੇ ਪੰਜਾਬੀ ਸਪੀਕਿੰਗ ਅਤੇ ਆਪਣੀ ਕਮਿਊਨਿਟੀ ਦੀ ਪੂਰੀ ਹੈਲਪ ਦੇ ਹਾਂ। ਸੋ ਮੈਂ ਕਹਿੰਦੀ ਹਾਂ ਕਿ ਸਾਨੂੰ ਪ੍ਰੋਫੈਸ਼ਨਲ ਜੋਬਾਂ ਦਿੱਤੀਆਂ, ਪਰਮਾਤਮਾ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ, ਸੋ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨੀ ਅਸੀਂ ਨੌਲੇਜ ਇਸ ਮੰਚ ਤੋਂ ਦੇ ਸਕੀਏ, ਅਤੇ ਇਹੀ ਨੌਲੇਜ ਅਸੀਂ ਆਪਣੇ ਸੁਣਨ ਵਾਲੇ, ਆਪਣੇ ਦੇਖਣ ਵਾਲੇ ਵਿਊਅਰਸ ਨੂੰ ਇਹ ਕਹਾਂਗੇ ਕਿ ਇਹ ਇੰਪਲੀਮੈਂਟ ਕਰਨ, ਸਾਡੀ ਗੱਲ ਉਹਨਾਂ ਦੇ ਲਈ ਇੱਕ ਇੰਸਪੀਰੇਸ਼ਨ ਹੋਵੇ, ਤਾਂ ਕਿ ਨੈਕਸਟ ਟਾਈਮ ਮੈਨੂੰ ਮਿਲ ਕੇ ਉਹ ਕਹਿਣ ਕਿ ਬਾਈ ਜੀ ਅਤੇ ਹਰਜੋਤ ਨੇ ਸਾਨੂੰ ਇਸ ਟੋਪਿਕ ਦੇ ਬਾਰੇ ਦੱਸਿਆ, ਅਤੇ ਉਸ ਤੋਂ ਬਾਅਦ ਵੀ ਮੈਂ ਆਪਣੀ ਸ਼ੂਗਰ ਦਾ ਕੰਟੈਂਟ ਘੱਟ ਕਰ ਦਿੱਤਾ। ਸੋ ਇਹੋ ਹੀ ਮੇਰਾ ਸੁਨੇਹਾ ਆ, ਇਹੋ ਹੀ ਸਾਡੀ ਦੁਆ ਆ। ਬਾਕੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਮੰਚ 'ਤੇ ਬੋਲਣ ਦਾ ਮੌਕਾ ਦਿੱਤਾ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਦੋਸਤੋ। ਇਹ ਸਨ ਡਾਕਟਰ ਹਰਜੋਤ ਚੌਹਾਨ ਹਾਰਬਰ ਵਿਊ ਫਾਰਮੇਸੀ ਤੋਂ। ਇਹਨਾਂ ਦੇ ਨਾਲ ਅਸੀਂ ਇਸੇ ਤਰ੍ਹਾਂ ਦੇ ਮਿਲਦੇ ਜੁਲਦੇ ਵਿਸ਼ਿਆਂ 'ਤੇ ਗੱਲਬਾਤ ਦੁਬਾਰਾ ਕਰਦੇ ਰਹਾਂਗੇ, ਇਹ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਨੇ। ਮੈਨੂੰ ਇਉਂ ਲੱਗਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਊਗਾ ਅਤੇ ਤੁਹਾਡੀ ਜਾਣਕਾਰੀ ਦੇ ਵਿੱਚ ਕਾਫੀ ਵਾਧਾ ਹੋਇਆ ਹੋਊਗਾ। ਜੇ ਜਿਉਂਦੇ ਰਹੇ ਤਾਂ ਕਿਸੇ ਨਵੇਂ ਮਹਿਮਾਨ ਦੇ ਨਾਲ ਇਸੇ ਮੰਚ ਤੋਂ ਦੁਬਾਰਾ ਫਿਰ ਮਿਲਾਂਗੇ। ਉਨੀ ਦੇਰ ਤੱਕ ਅੱਲਾ ਬਿੱਲੀ।